ਇਹ ਗੱਲ ਕਰੀਏ ਤਾਂ ਸਰਕਾਰ ਕਹਿ ਰਹੀ ਆ ਕਿ ਆਪਰੇਸ਼ਨ ਕਲੀਨ ਕਰ ਦੇਾਂਗੇ ਇੱਥੇ ਇੱਥੇ ਜਿਹੜਾ ਕਰੋਨਾਗਾ ਉਹ ਆ ਜਾਊਗਾ ਪੰਜ ਮਹੀਨਿਆਂ ਤੋਂ ਬੈਠੇ ਆ ਇੱਕ ਵੀ ਪੇਸ਼ੈਂਟ ਸਾਡਾ ਕੋਈ ਕਰੋਨਾ ਪੋਜ਼ਿਟਿਵ ਨਹੀਂ ਆਇਆ ਸਰਕਾਰ ਜਾਣਬੁੱਝ ਕੇ ਕਰੋਨਾ ਦੇ ਨਾਂ ਤੇ ਲੋਕਾਂ ਨੂੰ ਡਰਾਉਣਾ ਚਾਹੁੰਦੀ ਹੈ ਅੱਜਿਵਾਲ ਸਾਹਿਬ ਇੱਕ ਸਿਆਣੇ ਲੀਡਰ ਨੇ ਉਹ ਇਦਾਂ ਕਿਉਂ ਬੋਲਦ ਨੇ ਸਮਝਾਉਂਦੇ ਨਹੀਂ ਹੈਗੇ ਕਦੇ ਉਹਨਾਂ ਨੂੰ ਅੰਦੋਲਨਕਾਰੀਆਂ ਨੂੰ ਸਾਨੂੰ ਸਾਰਿਆਂ ਨੂੰ ਕਿਹਾ ਖਾਲਸਤਾਨੀ ਨੇ ਕਦੇ ਕਿਹਾ ਪਈਏ ਨਕਸਲਵਾਦੀ ਨੇ ਉਹ ਤਾਂ ਕਹਿੰਦੇ ਨੇ ਕਿ ਕਿਸਾਨ ਆਗੂ ਨੇ ਆਪ ਹੀ ਲੱਖੇ ਨੂੰ ਤਾਂ ਉਹਦੀ ਪਤੰਗ ਚੜਾਈ ਦੇ ਪਿੱਛੋਂ ਡੋਰ ਕੱਟਦੀ ਇਹ ਹੁੰਦਾ ਹੀ ਹੈ ਕਿ ਕੋਈ ਮੇਰੀ ਜਗਾ ਮੇਰੇ ਭਾਈ ਨੂੰ ਲੈ ਜਾਵੇ ਤਾਂ ਮਨ ਚ ਦੁੱਖ ਹੁੰਦਾ ਹੈ ਸੋ ਇਸ ਕਰਕੇ ਉਹ ਵਾਪਸ ਚਲਾ ਗਿਆ ਫਿਰ ਆਏਗਾ ਕੋਈ ਐਡੀ ਗੱਲ ਨਹੀਂ ਉਹ ਸਾਡੇ ਪੰਜਾਬ ਦਾ ਹੀ ਪੁੱਤਰ ਹੈ ਇੱਕ ਬੰਦੇ ਤੇ ਪਰਚਾ ਦਰਜ ਹੈ ਉਹ ਪਰਚੇ ਵੀ ਝੂਠੇ ਦਰਜ ਕੀਤੇ ਹੋਏ ਨੇ ਪਰ ਚਲੋ ਜੇ ਇੱਕ ਬੰਦੇ ਤੇ ਪਰਚਾ ਦਰਜ ਹੈ ਤੇ ਉਹਦੇ ਕਿਸੇ ਭੈਣ ਭਾਈ ਨੂੰ ਚੱਕ ਲੋ ਕਿੱਥੇ ਦਾ ਕਾਨੂੰਨ ਹੈ ਕੁਰੂਨੀ ਸਾਹਿਬ ਦਾ ਬਿਆਨ ਆਉਂਦਾਗਾ ਕਿ ਜਿਹੜੇ ਸੰਸਥਾ ਜਾਣ ਦਾ ਪ੍ਰੋਗਰਾਮ ਆ ਉਹ ਰੱਦ ਕਰ ਦਿੱਤਾ ਗਿਆ ਹਾਲਾਂਕਿ ਤੁਹਾਡੀ ਮੀਟਿੰਗ ਹੁੰਦੀ ਹੈਗੀ ਇੱਕ ਦਿਨ ਪਹਿਲਾਂ ਕੀ ਵਾਕਈ ਰੱਦ ਕਰਤਾ ਉਹ ਪ੍ਰੋਗਰਾਮ ਕੋਈ ਸਾਨੂੰ ਇਸ ਕਰੋਨੇ ਕਰੋਨੇ ਦਾ ਡਾਨੀ ਨਾ ਕਰੋ ਨਾ ਸਾਡੇ ਲੱਗੇ ਹੋਣਾ ਇਹ ਮੰਤਰੀ ਆ ਬਚਨ ਕਰੋਨੇ ਤੋਂ ਜਿਹੜੇ ਏਸ਼ੀਆਂ ਚ ਰਹਿੰਦੇ ਨੇ ਇਹਨਾਂ ਨੂੰ ਕਰੋਨਾ ਪਾਊਗਾ ਕਿਸੇ ਕਿਸਾਨ ਨੂੰ ਮਜ਼ਦੂਰ ਨੂੰ ਕਰੋਨਾ ਲੱਗ ਨਹੀਂ ਆ ਸਕਦਾ ਨਹੀਂ ਕੋਈ ਸਰਕਾਰ ਦੀ ਬੜੀ ਚਾਲ ਹੈ ਜਿਹੜਾ ਦੀਪ ਸਿੱਧੂ ਤੇ ਦੁਬਾਰਾ ਕੇਸ ਪਾਇਆ ਕਿਉਂਕਿ ਕੇਸ ਪਹਿਲਾਂ ਵੀ ਇਕੱਠੇ ਵੀ ਪਾਏ ਜਾ ਸਕਦੇ ਸਨ ਜੇ ਕੋਈ ਕੇਸ ਇਹਨਾਂ ਕੋ ਸਿਗਾ ਉਹ ਐਮੀ ਇਹ ਚਾਲ ਆ ਆ ਪੇ ਉਲਝਾ ਕੇ ਰੱਖਣਾ ਕੰਮ ਨੂੰ ਅਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਸਰਖਾਪ ਟੀਵੀ ਤੇ ਮੈਂ ਹਰਜਿੰਦਰ ਸਿੰਘ ਢਿੱਲੋਂ ਗੱਲ ਕਰਦੇ ਆਂਗੇ ਅੱਜ ਜਿਹੜਾ ਕਿਸਾਨੀ ਅੰਦੋਲਨ ਆ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਨੇ ਕਿਸਾਨ ਤੇ ਜੇ ਗੱਲ ਕਰੀਏ ਇੱਕ ਪਾਸੇ ਬਾਡੀ ਦਾ ਸੀਜ਼ਨ ਚੱਲ ਰਿਹਾ ਤੇ ਦੂਜੇ ਪਾਸੇ ਕਿਸਾਨ ਆਗੂਆਂ ਦਾ ਕਹਿਣਾਗਾ ਕਿ ਚਾਹੇ ਦੀ ਆਪਰੇਸ਼ਨ ਕਲੀਨ ਕਰ ਦੇਣ ਤੇ ਚਾਹੇ ਦੀ ਜਿਹੋ ਜੀ ਮਰਜ਼ੀ ਧਮਕੀ ਦੇਵੇ ਸਰਕਾਰ ਪਰ ਅਸੀਂ ਇੱਥੋਂ ਜਿੱਤੇ ਬਿਨਾ ਨਹੀਂ ਜਾਵਾਂਗੇ ਸਾਡੇ ਨਾਲ ਮੌਜੂਦ ਨੇ ਮਨਜੀਤ ਸਿੰਘ ਰਾਏ ਗੱਲਬਾਤ ਕਰਦੇ ਆਂ ਰਾਏ ਸਾਹਿਬ ਪਹਿਲਾਂ ਦਾ ਸਵਾਗਤ ਜੀ ਤੁਹਾਡਾ ਬਹੁਤ ਬਹੁਤ ਧੰਵਾਦ ਹੈ ਜੀ ਭਾਈ ਸਾਹਿਬ ਜੇ ਗੱਲ ਕਰੀਏ ਤਾਂ ਸਰਕਾਰ ਕਹਿ ਰਹੀ ਆ ਕਿ ਆਪਰੇਸ਼ਨ ਕਲੀਨ ਕਰ ਦੇਾਂਗੇ ਇੱਥੇ ਇੱਥੇ ਜਿਹੜਾ ਕਰੋਨਾਗਾ ਉਹ ਆ ਜਾਊਗਾ ਹਰਿਆਣੇ ਦੀ ਸਰਕਾਰ ਨੇ ਬਕਾਇਦਾ ਬਿਆਨ ਦਿੱਤੇ ਨੇ ਸੈਂਟਰ ਦੀ ਸਰਕਾਰ ਬਕਾਇਦਾ ਅੱਡ ਬਿਆਨ ਦੇ ਰਹੀ ਆ ਆਪਦੇ ਤੇ ਪਿਛਲੇ ਲੰਮੇ ਸਮੇਂ ਤੋਂ ਮੀਟਿੰਗ ਵੀ ਕੋਈ ਨਹੀਂ ਹੋਈ ਸਰਕਾਰ ਨਾਲ ਕਿਵੇਂ ਦੇਖਦੇ ਹਾਂ ਅੱਜ ਤੇ ਕੋਈ ਸਰਕਾਰ ਦੀ ਇੱਕ ਸਾਜ਼ਿਸ਼ ਹੈ ਅਸੀਂ ਇੱਥੇ 5 ਮਹੀਨੇ ਹੋ ਜਾਣੇ ਆ 26 ਤਰੀਕ ਨੂੰ 5 ਮਹੀਨਿਆਂ ਤੋਂ ਬੈਠੇ ਆ ਇੱਕ ਵੀ ਪੇਸ਼ੈਂਟ ਸਾਡਾ ਕੋਈ ਕਰੋਨਾ ਪੋਜ਼ਿਟਿਵ ਨਹੀਂ ਆਇਆ ਸਰਕਾਰ ਜਾਣ ਬੁੱਝ ਕੇ ਕਰੋਨਾ ਦੇ ਨਾਂ ਤੇ ਲੋਕਾਂ ਨੂੰ ਡਰਾਉਣਾ ਚਾਹੁੰਦੀ ਹੈ ਧਮਕਾਉਣਾ ਚਾਹੁੰਦੀ ਹੈ ਅੰਦੋਲਨ ਦੀਆਂ ਸਾਰੀਆਂ ਹੀ ਚਾਲਾਂ ਚੱਲ ਲਈਆਂ ਉਹਨਾਂ ਹੀ ਕਦੇ ਤਾਂ ਇਹਨਾਂ ਨੂੰ ਅੰਦੋਲਨਕਾਰੀਆਂ ਨੂੰ ਸਾਨੂੰ ਸਾਰਿਆਂ ਨੂੰ ਕਿਹਾ ਖਾਲਸਤਾਨੀ ਨੇ ਕਦੇ ਕਿਹਾ ਪਈਏ ਨਕਸਲਵਾਦੀ ਨੇ ਕਦੇ ਕਿਹਾ ਇਹ ਪੋਲਿਟਿਕਲ ਲੋਕਾਂ ਦੇ ਭੜਕਾਏ ਹੋਏ ਨੇ ਹਰ ਇੱਕ ਚਾਲ ਉਹਨਾਂ ਦੀ ਪੁੱਠੀ ਪੈ ਗਈ ਫਿਰ 26 ਵਾਲੀ ਚਾਲ ਇਹਨਾਂ ਨੇ ਸਰਕਾਰ ਨੇ ਬੜੀ ਰਚੀ ਵੀ ਖੁੱਲ ਦੇਤੀ ਨੌਜਵਾਨਾਂ ਨੂੰ ਜਾਣ ਨੂੰ ਬੇਸ਼ੱਕ ਨੌਜਵਾਨਾਂ ਦਾ ਮੈਂ ਸਮਝਦਾ ਉਹ ਚ ਕੋਈ ਦੋਸ਼ ਨਹੀਂ ਪਰ ਨੌਜਵਾਨ ਗੁੱਸੇ ਸੀ ਉਹਦਾ ਫਾਇਦਾ ਲੈ ਗਈ ਸਰਕਾਰ ਉਹ ਇੱਕ ਚਾਲ ਸੀ ਸਰਕਾਰ ਦੀ ਵੀ ਸਾਰੇ ਬਾਰਡਰ ਖੋਲਦੇ ਹੋ ਨਿਕਲ ਜਾਣੋ ਸੋ ਇਹ ਸਰਕਾਰ ਦੀਆਂ ਸਾਰੀਆਂ ਹੀ ਚਾਲਾਂ ਪੁੱਠੀਆਂ ਪੈ ਗਈਆਂ ਅੰਦੋਲਨ ਨੂੰ ਇਹ ਕਮਜ਼ੋਰ ਨਹੀਂ ਕਰ ਸਕੇ ਖਤਮ ਨਹੀਂ ਕਰ ਸਕੇ ਹੁਣ ਇਹਨਾਂ ਨੇ ਕਰੋਨਾ ਦੇ ਨਾਂ ਤੇ ਨਵੀਂ ਇਹ ਵੀ ਕਰੋਨਾ ਬਲਾਸਟ ਹੋ ਜੂਜੀ ਉਹਦੇ ਨਾਂ ਤੇ ਵੀ ਅਸੀਂ ਜੀ ਇਹ ਆਪਰੇਸ਼ਨ ਕਲੀਨ ਦਾ ਇੱਕ ਚਰਚਾ ਕਰਤੀ ਰੌਲਾ ਪੈ ਗਿਆ ਵਿੱਚੇ ਤਾਂ ਕਹੀ ਜਾਂਦੇ ਆ ਵੀ ਉਹ ਫੇਕ ਆ ਵਿੱਚੇ ਕਹੀ ਜਾਂਦੇ ਆ ਉਹ ਸੱਚ ਹੈ ਜੇ ਸੱਚ ਵੀ ਹੋਵੇ ਤੇ ਜਿਹੜੇ ਕਿਸਾਨ ਆ ਬਿਲਕੁਲ ਅਸੀਂ ਬਾਰ ਬਾਰ ਕਹਿ ਰਹੇ ਹਾਂ ਮੈਂ ਹੁਣ ਸਟੇਜ ਤੋਂ ਵੀ ਕਹਿ ਕੇ ਆਇਆ ਕਿ ਬਿਲਕੁਲ ਅਸੀਂ ਇੱਕ ਕਦਮ ਪਿੱਛੇ ਨਹੀਂ ਹਟਾਂਗੇ ਜਿੰਨਾ ਚਿਰ ਇਹ ਤਿੰਨੋਂ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਔਰ ਸਰਕਾਰ ਜਿੰਨੇ ਮਰਜੀ ਆਪਰੇਸ਼ਨ ਕਲੀਨ ਚਲਾ ਲਵੇ ਜੋ ਮਰਜੀ ਕਰ ਲਵੇ ਆਪਾਂ ਪਿੱਛੇ ਨਹੀਂ ਹਟਦੇ ਬਿਲਕੁਲ ਤਕੜੇ ਹੋ ਕੇ ਡਟਾਂਗੇ ਔਰ ਤਕੜੇ ਹੋ ਕੇ ਇਹਨੂੰ ਜਿਹੜਾ ਅੰਦੋਲਨ ਹੈ ਇਹਨੂੰ ਲੜਾਂਗੇ ਕੋਈ ਸਾਨੂੰ ਇਸ ਕਰੋਨੇ ਕਰੂ ਨਹੀਂ ਨਾ ਕਰੋ ਨਾ ਸਾਡੇ ਲੱਗੇ ਆਉਣਾ ਇਹ ਮੰਤਰੀ ਆ ਬਚਨ ਕਰੋਨੇ ਤੋਂ ਜਿਹੜੇ ਏਸ਼ੀਆਂ ਚ ਰਹਿੰਦੇ ਨੇ ਇਹਨਾਂ ਨੂੰ ਕਰੋਨਾ ਪਊਗਾ ਕਿਸੇ ਕਿਸਾਨ ਨੂੰ ਮਜ਼ਦੂਰ ਨੂੰ ਕਰੋਨਾ ਲੱਗ ਨਹੀਂ ਆ ਸਕਦਾ ਪ੍ਰਧਾਨ ਸਾਹਿਬ ਗੱਲ ਕਰੀਏ ਅੱਜ ਅਧੋਲਣ ਨੂੰ ਕਿਸ ਜਗ੍ਹਾ ਤੇ ਦੇਖ ਦਵਾਂ 26 ਨਵੰਬਰ ਆਉਂਦੀ ਆ 26 ਜਨਵਰੀ ਆਉਂਦੀ ਆ ਬੜਾ ਕੁਝ ਹੋਇਆ ਇਸ ਅਧੋਲਣ ਦੇ ਵਿੱਚ ਲੱਖਾ ਸਿੰਘ ਸਧਾਨਾ ਨੂੰ ਮਨਜੀਤ ਸਿੰਘ ਰਾਏ ਆਪ ਲੈਣ ਜਾਂਦੇ ਨੇ ਮਸਤੂਣਾ ਸਾਹਿਬ ਦੇ ਵਿੱਚ ਜਦੋਂ ਕਿ 1 ਲੱਖ ਰੁਪਏ ਦਾ ਨਾਮ ਰੱਖਿਆ ਜਾਂਦਾ ਲੱਖਾ ਸਿੰਘ ਸਧਾਨਾ ਦੇ ਉੱਪਰ ਉਸ ਤੋਂ ਪਹਿਲਾਂ ਦੀਪ ਸਿੱਧੂ ਆ ਉਸ ਨੂੰ ਸਰਕਾਰ ਇੱਕ ਕੇਸ ਚੋਂ ਕੱਢ ਦਿਆ ਦੂਜੇ ਕੇਸ ਦੇ ਵਿੱਚ ਫੇਰ ਪਸਾ ਦਿੰਦੀ ਆ ਕਿਵੇਂ ਦੇਖ ਦਵਾਂ ਇਹ ਸਿਰਿਆ ਘਟਨਾਵਾਂ ਹੋ ਰਹੀਆਂ ਨੇ ਸਾਰੀਆਂ ਦੇ ਕੋਈ ਸਰਕਾਰ ਦੀ ਬੜੀ ਚਾਲ ਹੈ ਜਿਹੜਾ ਦੀਪ ਸਿੱਧੂ ਤੇ ਦੁਬਾਰਾ ਕੇਸ ਪਾਇਆ ਕਿਉਂਕਿ ਕੇਸ ਪਹਿਲਾਂ ਵੀ ਇਕੱਠੇ ਵੀ ਪਾਏ ਜਾ ਸਕਦੇ ਸਨ ਜੇ ਕੋਈ ਕੇਸ ਇਹਨਾਂ ਕੋ ਸਿਗਾ ਉਹ ਐਮੀ ਇਹ ਚਾਲ ਆ ਆ ਪੇ ਉਲਝਾ ਕੇ ਰੱਖਣਾ ਕੰਮ ਨੂੰ ਜਾਣ ਕੇ ਲੋਕਾਂ 'ਚ ਭੈ ਬਣਾ ਕੇ ਰੱਖਣਾ ਵੀ ਪਰਚੇ ਜਿਹੜੇ ਆ ਉਹ ਏਦਾਂ ਸਰਕਾਰ ਫੇ ਪਰਚੇ ਦੇ ਪਰਚੇ ਪਾਏਗੀ ਤਾਂ ਕਿ ਨੌਜਵਾਨ ਨਿਕਲ ਕੇ ਹੋਰ ਨਾ ਹੋ ਡਰਚ ਰਹਿਣ ਪਰ ਪੰਜਾਬ ਦਾ ਨੌਜਵਾਨ ਹਰਿਆਣਾ ਦਾ ਨੌਜਵਾਨ ਜਿਹੜਾ ਕਿਸਾਨਾਂ ਦਾ ਕੋਈ ਵੀ ਪੁੱਤਰ ਹੈ ਉਹ ਬਿਲਕੁਲ ਨਹੀਂ ਡਰਦਾ ਇਹਨਾਂ ਪਰਚੇ-ਪੁਰਚਿਆਂ ਤੋਂ ਆਉਣਗੇ ਕੋਈ ਐਡੀ ਗੱਲ ਨਹੀਂ ਜਿਹੜੀ ਗੱਲ ਲੱਖੇ ਵੀਰ ਦੀ ਆ ਲੱਖੇ ਵੀਰ ਨੂੰ ਅਸੀਂ ਮਸਤੂਆਣੇ ਤੋਂ ਉਦੋਂ ਮੈਂ ਗਿਆ ਸੀ ਔਰ ਉਹ ਆਇਆ ਵੀ ਸੀ ਕੁਝ ਕਾਰਨਾ ਕਰਕੇ ਉਹਦੇ ਬ੍ਰਦਰ ਨੂੰ ਚੱਕ ਲਿਆ ਉਸਨੇ ਮਗਰੋਂ ਇਹ ਹੁੰਦਾ ਹੀ ਹੈ ਕਿ ਕੋਈ ਮੇਰੀ ਜਗਾ ਮੇਰੇ ਭਾਈ ਨੂੰ ਲੈ ਜਵੇ ਤਾਂ ਮਨ 'ਚ ਦੁੱਖ ਹੁੰਦਾ ਹੈ ਸੋ ਇਸ ਕਰਕੇ ਉਹ ਵਾਪਸ ਚਲਾ ਗਿਆ ਫਿਰ ਆਏਗਾ ਕੋਈ ਐਡੀ ਗੱਲ ਨਹੀਂ ਉਹ ਸਾਡੇ ਪੰਜਾਬ ਦਾ ਹੀ ਪੁੱਤਰ ਹੈ ਤੇ ਜਿਹੜਾ ਪੰਜਾਬ ਦਾ ਇੱਕ ਇੱਕ ਬੱਚਾ ਆ ਜਿਹੜਾ ਇਸ ਅੰਦੋਲਨ ਦੇ ਵਿੱਚ ਸ਼ਾਮਲ ਹੋਇਆ ਉਹਦਾ ਇੱਕ ਇੱਕ ਕਦਮ ਜਿਹੜਾ ਸਾਡੇ ਸਿਰ 'ਤੇ ਹੈ ਔਰ ਪੰਜਾਬ ਦੀ ਆਪਾਂ ਨੂੰ ਏਕਤਾ ਬਣਾ ਕੇ ਰੱਖਣ ਦੀ ਲੋੜ ਹੈ ਜਿਹੜੀ ਸਤਾਨਾ ਸ਼ਾਈ ਸਰਕਾਰ ਹੈ ਕੇਂਦਰ ਸਰਕਾਰ ਖਾਸ ਕਰਕੇ ਬੀਜੇਪੀ ਦੀ ਸਰਕਾਰ ਇਹਦੇ ਖਿਲਾਫ ਇੱਕ ਜੁੱਟ ਹੋ ਕੇ ਲੜਨ ਦੀ ਲੋੜ ਹੈ ਏਕਤਾ ਸਾਨੂੰ ਬਣਾਈ ਰੱਖਣੀ ਚਾਹੀਦੀ ਹੈ ਰਾਏ ਸਾਹਿਬ ਜੀ ਗੱਲ ਕਰੀਏ ਤੁਸੀਂ ਕਿਹਾ ਵੀ ਲੱਖਾ ਸਿੰਘ ਸੁਧਾਨਾ ਦੁਬਾਰਾ ਫੇਰ ਆਏਗਾ ਇੱਥੇ ਅਧੂਲਨ ਦੇ ਵਿੱਚ ਹਿੱਸਾ ਬਣੇਗਾ ਵੀ ਉਸਦੇ ਭਰਾ ਨੂੰ ਚੁੱਕਿਆ ਗਿਆ ਦਿੱਲੀ ਪੁਲਿਸ ਵੱਲੋਂ ਅ ਜਿਹੜੀਆਂ ਪਾਰਟੀਆਂ ਨੇ ਵਿਰੋਧੀ ਪਾਰਟੀਆਂ ਨੇ ਕਿਸਾਨਾਂ ਦਾ ਉਹ ਕਹਿੰਦੇ ਨੇ ਵੀ ਜਿੱਤ ਕੇ ਨਾ ਆਉਣ ਇਹ ਅਧੂਲਨ ਆ ਜਿਹੜਾ ਖਤਮ ਹੋ ਜੇ ਜਿਹੜੀਆਂ ਇਦਾਂ ਦੀਆਂ ਕੁਝ ਕਰ ਰਹੇ ਨੇ ਠੀਕ ਆ ਉਹ ਤਾਂ ਕਹਿੰਦੇ ਨੇ ਕਿ ਕਿਸਾਨ ਆਗੂ ਨੇ ਆਪ ਹੀ ਲੱਖੇ ਨੂੰ ਤਾਂ ਉਹਦੀ ਪਤੰਗ ਚੜਾਈ ਦੇ ਪਿੱਛੋਂ ਡੋਰ ਕੱਟਦੀ ਨਹੀਂ ਨਹੀਂ ਕਿੱਥੋਂ ਕੱਟਦੀ ਦੱਸਣ ਦਾ ਸਹੀ ਅਸੀਂ ਤਾਂ ਨਾਲ ਆਪ ਲੈਣ ਗਏ ਆ ਮੈਂ ਮਸਤਵਾਨਾ ਸਾਹਿਬ ਅਰਦਾਸ ਵਿੱਚ ਸ਼ਾਮਲ ਹੋ ਕੇ ਆਇਆ ਉਹਨੂੰ ਉਥੇ ਤੋੜ ਕੇ ਆਇਆ ਆ ਪੱਕਾਫ਼ਲੇ ਨੂੰ ਕਿਉਂਕਿ ਉਸ ਦਿਨ ਦੂਸਰੇ ਦਿਨ ਆਪਾਂ ਕੇਐਮਪੀ ਬੰਦ ਕਰਨਾ ਸੀ ਇਸ ਕਰਕੇ ਅਸੀਂ ਗੱਡੀਆਂ ਲੈ ਕੇ ਆ ਗਏ ਕਿਉਂਕਿ ਲੰਗਰਾਂ ਦਾ ਰੇਂਜ ਸਾਰਾ ਰੇਂਜ ਮੇਰੀਆਂ ਡਿਊਟੀਆਂ ਲੱਗੀਆਂ ਸੀ ਤੇ ਮੈਂ ਆਪਾਂ ਉੱਥੋਂ ਆ ਗਏ ਆ ਫੂਲ ਸਾਹਿਬ ਨਾਲ ਆਇਆ ਸਿਰਸਾ ਸਾਹਿਬ ਨਾਲ ਆਇਆ ਕਿੱਥੋਂ ਪਤੰਗ ਕੱਟਦੀ ਇਹ ਨਹੀਂ ਗੱਲ ਸਰਕਾਰ ਦੀ ਸਾਜ਼ਿਸ਼ ਆ ਜਿਹੜਾ ਪਤੰਗ ਕੱਟਣ ਵਾਲੀ ਗੱਲ ਆ ਸਰਕਾਰ ਨੇ ਵੇਖਿਆ ਕਿ ਅੱਜ ਉਹ ਚਲਾ ਗਿਆ ਉਹਦੇ ਭਾਈ ਨੂੰ ਉਹਦੇ ਭਰਾ ਨੂੰ ਚੱਕ ਲਿਆ ਇਹ ਸਰਕਾਰ ਦੀ ਕੋਜੀ ਚਾਲ ਹੁੰਦੀ ਆ ਵੀ ਆਪਾਂ ਕਿਹਦੇ ਕਿੱਥੇ ਸੱਟ ਮਾਰਨੀ ਆ ਉਹ ਇੱਕ ਸੱਟ ਮਾਰਨ ਵਾਲੀ ਗੱਲ ਸੀ ਔਰ ਉਹ ਉਹ ਗੱਲ ਸੀ ਵੀ ਗਲਤ ਔਰ ਉਹ ਬਿਲਕੁਲ ਲੋਕਤੰਤਰ ਦਾ ਕਹਾਣ ਕੀਤਾ ਕੇਂਦਰ ਸਰਕਾਰ ਨੇ ਦਿੱਲੀ ਸਰਕਾਰ ਨੇ ਔਰ ਉਹਦੇ ਵਿੱਚ ਹੱਕ ਨਹੀਂ ਬਣਦਾ ਵੀ ਇੱਕ ਬੰਦੇ ਤੇ ਪਰਚਾ ਦਰਜ ਐ ਉਹ ਪਰਚੇ ਵੀ ਝੂਠੇ ਦਰਜ ਕੀਤੇ ਹੋਏ ਨੇ ਪਰ ਚਲੋ ਜੇ ਇੱਕ ਬੰਦੇ ਤੇ ਪਰਚਾ ਦਰਜ ਐ ਉਹਦੇ ਕਿਸੇ ਭੈਣ ਭਾਈ ਨੂੰ ਚੱਕ ਲੋ ਕਿੱਥੇ ਦਾ ਕਾਨੂੰਨ ਹੈ ਕਿੱਡਾ ਕੋਨੇ ਕ੍ਰਾਈਮ ਕੀਤਾ ਹੋਇਆ ਵੀ ਜੀ ਉਹਦੇ ਘਰ ਦੇ ਵਾਰਸਾਂ ਨੂੰ ਚੱਕਣਾ ਪੁੱਛ ਕੇ ਚ ਕਰਨੀ ਹੈ ਜੇ ਤਾਂ ਉਹਨੂੰ ਬਹੁਤ ਵੱਡਾ ਕ੍ਰਾਈਮ ਬੜੇ ਕਤਲ ਕਰਤੇ ਜੀ ਬੜੀ ਦੁਨੀਆ ਮਾਰਤੀ ਫੇਰ ਤਾਂ ਮੰਨਿਆ ਵੀ ਉਹਦੇ ਕਿਸੇ ਭੈਣ ਭਾਈ ਨੂੰ ਪੁੱਛ ਕੇ ਚਲੀ ਸੱਦ ਲੈਣਾ ਉਹ ਤਾਂ ਇੱਕ ਪੱਤਾ ਵੀ ਨਹੀਂ ਤੋੜਿਆ ਨੌਜਵਾਨਾਂ ਨੇ ਤੇ ਫੇਰ ਭਾਈ ਉਹਦੇ ਭਾਈ ਨੂੰ ਚੱਕ ਲੈਣਾ ਇਹ ਬੜਾ ਲੋਕਤੰਤਰ ਦਾ ਕਹਾਣ ਕੀਤਾ ਪੁਲਿਸ ਨੇ ਔਰ ਬਿਲਕੁਲ ਇਸ ਗੱਲ ਨੂੰ ਜਿਹੜੀ ਇਹ ਮੈਂ ਸਮਝਦਾ ਵੀ ਜਿਹੜੀਆਂ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਖਾਸ ਕਰ ਮੈਂ ਕਹੂੰਗਾ ਜਿਹੜੀਆਂ ਸਟੇਟ ਗਵਰਨਮੈਂਟ ਆ ਉਹਨਾਂ ਦੀ ਵੀ ਡਿਊਟੀ ਬਣਦੀ ਆ ਪੰਜਾਬ ਸਰਕਾਰ ਦੀ ਵੀ ਡਿਊਟੀ ਬਣਦੀ ਆ ਵੀ ਉਹਨਾਂ ਦੇ ਉੱਥੇ ਹੁੰਦੇ ਹੋਏ ਦੂਸਰੇ ਸਟੇਟ ਦੀ ਪੁਲਿਸ ਆ ਕੇ ਕਿਵੇਂ ਜਾ ਕੇ ਲੈ ਜਾਵੇ ਪਹਿਲਾਂ ਤਾਂ ਇਹ ਕੇਸ ਠੋਕਣਾ ਚਾਹੀਦਾ ਪੰਜਾਬ ਸਰਕਾਰ ਨੂੰ ਦਿੱਲੀ ਸਰਕਾਰ ਤੇ ਕਿ ਭਾਈ ਤੁਸੀਂ ਸਾਨੂੰ ਦੱਸਿਆ ਨਹੀਂ ਸਾਨੂੰ ਤਲਾਹ ਨਹੀਂ ਦਿੱਤੀ ਤੇ ਜੇ ਤਲਾਹ ਦਿੱਤੀ ਆ ਤਾਂ ਫੇਰ ਪੰਜਾਬ ਸਰਕਾਰ ਵੀ ਦੋੱਚੀ ਆ ਜੇ ਨਹੀਂ ਤਲਾਹ ਦਿੱਤੀ ਤਾਂ ਫੇਰ ਪੰਜਾਬ ਸਰਕਾਰ ਦਾ ਬਣਦਾ ਕਿ ਪੰਜਾਬ ਸਰਕਾਰ ਉਹਨਾਂ ਟੱਕਰਾਂ ਕਰੇ ਜਿਹੜੀ ਗੱਲ ਆਈ ਆ ਨਾ ਕਿ ਨੌਜਵਾਨ ਕਹਿੰਦੇ ਆ ਪਏ ਅਸੀਂ ਕੇਸ ਕਰਨਾ ਮੈਂ ਤਾਂ ਸਮਝਦਾ ਪੰਜਾਬ ਸਰਕਾਰ ਦਾ ਰੋਲ ਹੋਣਾ ਚਾਹੀਦਾ ਕਿ ਪੰਜਾਬ ਦੇ ਵਿੱਚੋਂ ਕਿਸੇ ਸ਼ਖਸ ਨੂੰ ਬਿਨਾਂ ਦੱਸੇ ਤੋਂ ਪੰਜਾਬ ਦੀ ਪੁਲਿਸ ਨੂੰ ਦੂਜੀ ਪੁਲਿਸ ਆ ਕੇ ਲੈ ਜਵੇ ਤੇ ਫਿਰ ਪੰਜਾਬ ਦੀ ਪੁਲਿਸ ਕੀ ਕਰਦੀ ਆ ਪੰਜਾਬ ਦਾ ਪ੍ਰਸ਼ਾਸਨ ਕੀ ਕਰਦਾ ਫਿਰ ਲਾਅਨ ਆਰਡਰ ਕਿੱਥੇ ਗਿਆ ਪੰਜਾਬ ਦਾ ਸੋ ਉਹ ਜਿਹੜਾ ਪੰਜਾਬ ਦਾ ਹਕਮਨ ਦਾ ਸਰਕਾਰ ਦਾ ਕਿ ਉਹ ਕੇਸ ਠੋਕੇ ਦਿੱਲੀ ਸਰਕਾਰ ਤੇ ਵੀ ਤੁਸੀਂ ਸਾਨੂੰ ਦੱਸੇ ਪੁੱਛੇ ਤੋਂ ਬਿਨਾਂ ਕਿਵੇਂ ਸਾਡੇ ਇੱਕ ਬੱਚੇ ਨੂੰ ਵਿਚੇੜ ਲਿਆ ਆ ਕੇ ਗੱਲ ਹੁੰਦੀ ਹੈਗੀ ਚਰੂਨੀ ਸਾਹਿਬ ਦਾ ਬਿਆਨ ਆਉਂਦਾਗਾ ਕਿ ਜਿਹੜੇ ਸੰਸਥਾ ਜਾਣ ਦਾ ਪ੍ਰੋਗਰਾਮ ਆ ਉਹ ਰੱਦ ਕਰ ਦਿੱਤਾ ਗਿਆ ਹਾਲਾਂਕਿ ਤੁਹਾਡੀ ਮੀਟਿੰਗ ਹੁੰਦੀ ਹੈਗੀ ਇੱਕ ਦਿਨ ਪਹਿਲਾਂ ਕੀ ਵਾਕਈ ਰੱਦ ਕਰਤਾ ਉਹ ਪ੍ਰੋਗਰਾਮ ਨਹੀਂ ਨਹੀਂ ਰੱਦ ਨਹੀਂ ਹੋਇਆ ਇਹ ਗਲਤਫਹਿਮੀ ਆ ਬਿਲਕੁਲ ਸੰਸਦ ਮਾਰਚ ਹੋਏਗਾ ਉਹ ਇਹ ਹੈ ਕਿ ਉਹਦੇ ਵਿੱਚ ਥੋੜਾ ਜਿਹਾ ਬਦਲਾਅ ਲਿਆਂਦਾ ਵੀ ਆਪਾਂ ਕਹਿੰਦੇ ਸੀ ਮਈ ਦੇ ਪਹਿਲੇ ਦੋ ਹਫਤਿਆਂ ਦੇ ਵਿੱਚ ਆਪਾਂ ਪ੍ਰੋਗਰਾਮ ਰੱਖਣਾ ਪਰ ਹੁਣ ਜਿਹੜੀ ਕਣਕ ਦੀ ਵਾਢੀ ਕਰਕੇ ਸਾਡੀ ਬਹੁਤ ਸਾਰੀ ਜਿਹੜੀ ਸੰਗਤ ਹੈ ਉਹ ਵਾਢੀ ਕਰਨ ਗਏ ਹੋਏ ਸਾਡੇ ਵੀਰ ਬਹੁਤ ਸਾਰੇ ਸੰਖਿਆ ਦੀ ਕਮੀ ਹੈ ਆਪਾਂ ਇੱਥੇ ਤੁਸੀਂ ਵੇਖਿਆ ਉੱਥੇ ਵੀ ਸ਼ਰਾਰਤਾਂ ਕਰ ਰਹੇ ਨੇ ਬਾਰਡਰਾਂ ਤੇ ਅੱਗ ਲਾ ਰਹੇ ਨੇ ਟਰਾਲੀਆਂ ਨੂੰ ਅੱਗਾਂ ਲਾ ਰਹੇ ਨੇ ਆਪਾਂ ਇਹ ਜਿਹੜੇ ਇੱਥੇ ਸੱਜਣ ਬੈਠੇ ਨੇ ਇਹ ਸੰਸਦਾਂ ਨੂੰ ਚਲੇ ਜਾਣ ਬਾਕੀ ਸਾਡੇ ਲੋਕ ਜਿਹੜੇ ਕਣਕ ਬਾਡੀ ਚ ਫਸੇ ਰਹਿਣ ਪਿੱਛੇ ਤੂੜੀਆਂ ਸੰਭਾਲਣੀਆਂ ਸਾਰਾ ਕੁਝ ਕਰਨਾ ਤੇ ਫਿਰ ਆਪਾਂ ਉਹ ਸੰਸਦ ਮਾਰਚ ਤੋਂ ਮਗਰੋਂ ਸਾਡੇ ਇੱਥੇ ਮਗਰ ਸਾਡੇ ਨੁਕਸਾਨ ਹੋ ਗਿਆ ਕੋਈ ਉਹਦਾ ਕੌਣ ਜ਼ਿੰਮੇਵਾਰ ਹੈ ਆਪਾਂ ਵਿਹਲੇ ਹੋ ਕੇ ਮਾਰਚ ਕਰਾਂਗੇ ਬਿਲਕੁਲ ਕਰਾਂਗੇ ਇਹ ਅਟਲ ਹੈ ਕਿ ਸੰਸਦ ਮਾਰਚ ਹੋਏਗਾ ਪਰ ਇਹ ਹੈ ਕਿ ਉਹਦੀਆਂ ਡੇਟਾਂ ਅਜੇ ਡਿਕਲੇਅਰ ਨਹੀਂ ਹੋਈਆਂ ਉਹ ਇੱਕ ਦੋ ਮੀਟਿੰਗਾਂ ਦੇ ਵਿੱਚ ਉਹਦੀ ਰੂਪਰੇਖਾ ਤਿਆਰ ਕਰਕੇ ਉਹਦੀਆਂ ਡੇਟਾਂ ਵੀ ਤੈਅ ਹੋ ਜਾਣਗੀਆਂ ਰੱਦ ਨਹੀਂ ਹੋਇਆ ਉਹ ਵਿੱਚ ਦੁਨੀ ਸਾਹਿਬ ਨੇ ਬਿਆਨ ਕਿਵੇਂ ਦਿੱਤਾ ਉਹ ਦੱਸਣਗੇ ਮੈਂ ਨਹੀਂ ਕਹਿ ਸਕਦਾ ਵੱਡੇ ਲੀਡਰ ਨੇ ਉਹ ਮੈਂ ਉਹਨਾਂ ਤੇ ਕਿੰਤੂ ਪ੍ਰੰਤੂ ਨਹੀਂ ਕਰਦਾ ਪਰ ਮੈਂ ਉਸ ਮੀਟਿੰਗ ਦੇ ਵਿੱਚ ਸੀ ਮੈਂ ਜਿਹੜੀ ਸੰਯੁਕਤ ਦੀ ਮੀਟਿੰਗ ਹੋਈ ਆ ਮੋਰਚੇ ਦੀ ਹੁਣ ਉਹ ਚ ਰੱਦ ਨਹੀਂ ਹੋਇਆ ਉਹ ਚ ਇਹ ਆਖਿਆ ਗਿਆ ਵੀ ਇਹਨੂੰ ਕੁਝ ਦਿਨ ਅੱਗੇ ਪਾ ਲਿਆ ਜਾਵੇ ਤੇ ਅਗਲੀ ਮੀਟਿੰਗ 'ਚ ਇਹਨੂੰ ਵਿਚਾਰ ਚ ਲਿਆ ਜਾਵੇ ਸੋ ਅਗਲੀ ਮੀਟਿੰਗ ਦੇ ਵਿੱਚ ਇਹਨੂੰ ਵਿਚਾਰ ਕੇ ਮਾਰਚ ਹੋਏਗਾ ਬਿਲਕੁਲ ਥੋੜੇ ਅੱਗੇ ਦਿਨ ਪਾਇਆ ਗਿਆ ਗਾਇ ਸਾਬ ਜੇ ਗੱਲ ਕਰੀਏ ਤਾਂ 26 ਜਨਵਰੀ ਤੋਂ ਬਾਅਦ ਕਾਫੀ ਹਲਚਲ ਹੁੰਦੀ ਆ ਹਨ ਇਸ ਸੰਘਰਸ਼ ਦੇ ਵਿੱਚ ਪਰ ਫਿਰ ਸੰਘਰਸ਼ ਪੀਕ ਤੇ ਜਾਂਦਾ ਅੱਜ ਇਹ ਦੇਖਣ ਦਾ ਪੂਰੇ ਜੋ ਬਣ ਤੇ ਆ ਹਰ ਕਿਸੇ ਦੇ ਵਿੱਚ ਜੋਸ਼ ਆ ਬੇਸ਼ੱਕ ਗਰਮੀਆਂ ਗਰਮੀ ਦੇ ਵਿੱਚ ਵੀ ਕਿਸਾਨ ਬੈਠੇ ਪਰ ਅ ਕਿਤੇ ਨਾ ਕਿਤੇ ਜਾ ਕੇ ਕਮੈਂਟਾਂ ਦੇ ਵਿੱਚ ਵੀ ਇਹੀ ਆ ਜਾਂਦਾ ਇਹ ਕਾਮਰੇਡ ਲਾਲੇ ਨੂੰ ਪਾਸੇ ਕਰ ਦੋ ਇੱਥੇ ਸਿੱਖ ਹੋਣੇ ਚਾਹੀਦੇ ਆ ਇੱਥੇ ਹਿੰਦੂ ਹੋਣੇ ਚਾਹੀਦੇ ਆ ਇੱਥੇ ਮੁਸਲਮਾਨ ਹੋਣੇ ਚਾਹੀਦੇ ਆ ਐਦਾਂ ਦੀਆਂ ਗੱਲਾਂ ਕਰਦੇ ਰਹਿੰਦੇ ਨੇ ਆਪਦੇ ਵਿਚਾਰਧਾਰਾਆਂ માં ਰੱਖਦੇ ਰਹਿੰਦੇ ਨੇ ਫਿਰ ਉਹਨਾਂ ਨੂੰ ਕੀ ਕਹੀਏ ਅਸੀਂ ਹੁਣ ਵੇਖੋ ਮੈਂ ਇੱਕ ਗੱਲ ਕਹੂੰਗਾ ਜਿਹੜੇ ਸਾਡੇ ਫੇਸਬੁਕੀ ਵਿਦਵਾਨ ਨੇ ਉਹ ਵੀਰਾਂ ਦਾ ਤਾਂ ਕੰਮ ਐ ਅੰਦੋਲਨ 'ਚ ਘੱਟ ਹਾਜ਼ਰ ਹੋਣਾ ਤੇ ਫੇਸਬੁਕ 'ਤੇ ਜ਼ਿਆਦਾ ਰਹਿਣਾ ਉਹ ਸਾਰਿਆਂ ਨੂੰ ਹੀ ਕਾਮਰੇਡ ਲਾਣਾ ਸੱਦੀ ਜਾਂਦੇ ਆ ਮੈਂ ਤੁਹਾਨੂੰ ਇੱਕ ਛੁੜਜੀ ਗੱਲ ਦੱਸਣਾ ਚਾਹੂੰਗਾ ਮੇਰੇ ਤੇ ਵੀ ਕਿੰਤੂ ਪਰੰਤੂ ਕੀ ਬਰੀ ਹੋ ਜਾਂਦੀ ਮੈਂ ਐਮਸੀ ਰਿਆਂ ਪਹਿਲਾਂ ਅਕਾਲੀ ਦਲ ਤੋਂ ਤੇ ਜਦੋਂ ਮੈਂ ਪਹਿਲੀ ਵਾਰ 2015 ਚ ਅਕਾਲੀ ਦਲ ਦੇ ਖਿਲਾਫ ਮੋਰਚਾ ਖੋਲ੍ਹਿਆ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਮੋਰਚਾ ਖੋਲ੍ਹਿਆ ਜਦ ਕਿ ਮੈਂ 15 20 ਸਾਲ ਰਿਆਂ ਅਕਾਲੀ ਦਲ ਦੇ ਵਿੱਚ ਜੂਤ ਦੇ ਵਿੱਚ ਵੀ ਮੈਂ ਰਿਆਂ ਤੇ ਜਦੋਂ ਮੈਂ ਮੋਰਚਾ ਖੋਲ੍ਹ ਲਿਆ ਗੰਨੇ ਦੇ ਸੰਘਰਸ਼ ਨੂੰ ਲੈ ਕੇ ਨਾ ਉਹਨਾਂ ਦੇ ਖਿਲਾਫ ਤੇ ਉਹ ਜਿੰਨੇ ਅਕਾਲੀ ਸੀ ਸਾਰਿਆਂ ਨੇ ਮੈਨੂੰ ਕਾਮਰੇਡ ਕਹਿਣਾ ਸ਼ੁਰੂ ਕਰਤਾ ਵੀ ਇਹ ਤਾਂ ਕਾਮਰੇਡ ਹੈ ਇਹ ਤਾਂ ਉਹ ਕਹਿੰਦੇ ਨੇ ਹੱਥ ਨਾ ਪਹੁੰਚੇ ਥੂ ਕੌੜੀ ਜਦੋਂ ਦੇਖਦੇ ਆਂ ਭੀ ਇਹ ਬੰਦੇ ਜਿਹੜੇ ਆ ਇਹ ਸਾਡੇ ਕਹਿ ਅਨਸਾਰ ਨਹੀਂ ਚੱਲਦੇ ਜੋ ਅਸੀਂ ਕਹਿੰਨੇ ਉਹ ਨਹੀਂ ਕਰਦੇ ਤੇ ਕਿਤੇ ਨਾ ਕਿਤੇ ਜਿਹੜਾ ਅੰਦੋਲਨ ਹੈ ਛੋਟਾ ਅੰਦੋਲਨ ਨਹੀਂ ਇਹ ਅੰਦੋਲਨ ਨੂੰ ਬੜੀ ਸੂਝ ਬੂਝ ਨਾਲ ਬੜੇ ਠਰਮੇ ਨਾਲ ਚਲਾਉਣ ਦੀ ਲੋੜ ਹੈ ਇੱਚ ਕਾਲਾ ਪੰਨੀ ਅੱਗੇ ਆਪਾਂ ਕਾਲਾ ਪੰਨੀ ਦੇਖ ਹੀ ਲਿਆ ਕਰਕੇ 26 ਨੂੰ ਕੀ ਹੋਇਆ ਸਾਡੇ ਨੌਜਵਾਨਾਂ ਦਾ ਕੋਈ ਦੋਸ਼ ਨਹੀਂ ਸਿਰਫ ਇਹ ਹੀ ਸੀ ਕਿ ਕਾਲਾ ਪੰਨੀ ਸੀ ਉਹ ਕਾਲੇ ਪੰਨੇ ਦੇ ਵਿੱਚ ਜਦੋਂ ਅਸੀਂ 26 ਨੂੰ ਸਾਰੇ ਅੱਗੇ ਚਲੇ ਗਏ ਮੈਂ ਵੀ ਚਲਾ ਗਿਆ ਮੈਂ ਵੀ ਨੌਜਵਾਨਾਂ ਦੇ ਨਾਲ ਹੀ ਸੀ ਫਿਰ ਅਸੀਂ ਪਿੱਛੇ ਚਲੇ ਗਏ ਉਹਨਾਂ ਦੇ ਜਦੋਂ ਚਲੇ ਗਏ ਤਾਂ ਪਰ ਅਸੀਂ ਜਦੋਂ ਮੁੜ ਕੇ ਮਹਿਸੂਸ ਕੀਤਾ ਵੀ ਜਿਹੜੇ ਸਾਡੇ ਬਜ਼ੁਰਗ ਆਗੂ ਕਹਿੰਦੇ ਸਨ ਵੀ ਨਹੀਂ ਆਪਾਂ ਆਪਣੇ ਰੂਟਾਂ ਤੇ ਜਾਣਾ ਉਧਰ ਨਹੀਂ ਜਾਣਾ ਉਹ ਠੀਕ ਕਹਿੰਦੇ ਸਨ ਅੰਦੋਲਨ ਦੇ ਵਿੱਚ ਫਿਰ ਇੱਕ ਨਿਰਾਸ਼ਤਾ ਪੈਦਾ ਹੋਈ ਮਗਰੋਂ 26 ਦੁੱਤ ਔਰ ਥੋੜੇ ਜਿਹਾ ਡਾਊਨ ਆਇਆ ਔਰ ਮੈਂ ਸਮਝਦਾ ਵੀ ਉਹ ਕਿਤੇ ਨਾ ਕਿਤੇ ਸਾਨੂੰ ਇਹ ਭੁੱਲਣਾ ਨਹੀਂ ਚਾਹੀਦਾ ਵੀ ਬੇਸ਼ੱਕ ਕੋਈ ਵੱਡਾ ਗੁਨਾਹ ਨਹੀਂ ਕੀਤਾ ਨੌਜਵਾਨਾਂ ਨੇ ਉੱਥੇ ਜਾ ਕੇ ਪਰ ਥੋੜੀ ਜਿਹੀ ਅੰਦੋਲਨ ਚ ਗਰਾਵਟ ਤਾਂ ਸਾਰਿਆਂ ਨੂੰ ਮੰਨਣਾ ਪਊ ਨਾ ਵੀ ਆਈ ਉਹਦੇ ਵਿੱਚ 26 ਤੇ ਫਿਰ ਜੇ ਆਈ ਉਹ ਕਾਲੇ ਪੰਨਾਂ ਆਈ ਜੇ ਉਹੀ ਕੰਮ ਆਪਾਂ ਸਹੀ ਤਾਂ ਨਾ ਕਰੀਏ ਤੇ ਉਹ ਚੰਗਾ ਹੁੰਦਾ। ਇਸੇ ਤਰ੍ਹਾਂ ਹੁਣ ਜਿਹੜਾ ਆਪਣਾ ਆਪਣੀ ਕਾਲ ਹੈਗੀ ਆ ਸੰਸਦ ਘਰਾਉ ਦੀ ਉਹਨੂੰ ਆਪਾਂ ਸਹਿਯੋਗਤ ਨਾਲ ਲਵਾਂਗੇ ਤੇ ਉਹ ਬਿਲਕੁਲ ਉਹ ਵਧੀਆ ਤਰੀਕੇ ਨਾਲ ਵੇਹਗੀ। ਸੋ ਜਿਹੜੇ ਬੰਦੇ ਫੇਸਬੁੱਕ ਤੇ ਗੱਲਾਂ ਕਰਦੇ ਨੇ ਭਈ ਜੀ ਇਹ ਕੰਮ ਰੇਡ ਲਾਣਾ ਇਹ ਤੈਂ ਉਹ ਤਾਂ ਬਹੁਤ ਕੁਝ ਕਹੀ ਤਾਂ ਗਾਲਾਂ ਹੀ ਕੱਢੀ ਜਾਂਦੇ ਆ। ਉਹਨਾਂ ਨੂੰ ਕੰਮੇ ਹੋਰ ਕੋਈ ਨਹੀਂ। ਮੈਂ ਇਹ ਸਮਝਦਾ ਭਈ ਉਹ ਵੀਰ ਜਿਹੜੇ ਉਹਨਾਂ ਨੂੰ ਮੈਂ ਤਾਂ ਹੱਥ ਬਨ ਕੇ ਬੇਨਤੀ ਕਰਾਂਗਾ ਕਿ ਉਹ ਵੀਰੋ ਇਸ ਅੰਦੋਲਨ ਦੇ ਵਿੱਚ ਆਪਾਂ ਸਾਥ ਨਹੀਂ ਦੇ ਸਕਦੇ ਆ ਕੇ ਇੱਥੇ ਸ਼ਮੂਲੀਅਤ ਕਰਕੇ ਤੇ ਲੋਕਾਂ ਦਾ ਮਨ ਮਤ ਤੋੜਿਆ ਕਰੋ। ਦਿਲ ਮਤ ਤੋੜਿਆ ਕਰੋ ਤੁਹਾਡੀਆਂ ਇਹਨਾਂ ਗੱਲਾਂ ਨੂੰ ਜਦੋਂ ਲੋਕ ਸੁਣਦੇ ਨੇ ਤੇ ਕਈਆਂ ਦੇ ਦਿਲ ਜਿਹੜੇ ਔ ਟੁੱਟਦੇ ਨੇ ਵੀ ਯਾਰ ਇਹ ਇਹ ਕਿਤੇ ਨਾ ਕਿਤੇ ਕਈ ਤਾਂ ਇਹ ਵੀ ਸਮਝਦੇ ਨੇ ਵੀ ਇਹ ਗੱਲ ਸੱਚੀ ਵੀ ਹੋ ਸਕਦੀ ਆ ਵੀ ਯਾਰ ਇਹ ਬੜੇ ਜਿਹੜੇ ਲੋਕ ਆਗੂ ਨੇ ਮੋਰੇ ਸ਼ਾਇਦ ਇਹਨਾਂ ਦੇ ਪੈਰਾਂ 'ਤੇ ਦਮ ਹੈ ਨਹੀਂ ਮੈਂ ਇਹ ਕਹੂੰਗਾ ਆਪਾਂ ਇੱਕ ਮੈਸੇਜ ਚੰਗਾ ਭੇਜੀਏ ਜਿਹਦੇ ਨਾਲ ਲੋਕਾਂ ਦਾ ਬਲ ਨਾ ਟੁੱਟੇ ਬਲ ਬਣਿਆ ਰਹੇ ਤਾਕਤ ਬਣੀ ਰਹੇ ਔਰ ਘਟ ਤੋਂ ਘਟ ਏਕਤਾ ਦਿਖੇ ਇੰਜ ਨਹੀਂ ਆਪਣੀ ਸ਼ਬਦਾਵਲੀ ਅਸੀਂ ਫੇਸਬੁਕ ਤੇ ਲਿਖਦੇ ਆਂ ਬੋਲਦੇ ਆਂ ਇਹ ਜੇ ਨਾ ਇਕਤਾ ਦਾ ਬਲ ਟੁੱਟਦਾ ਤੇ ਜਿਹੜੀ ਸਰਕਾਰ ਇਹ ਚਾਹੁੰਦੀ ਆ ਆਪਾਂ ਜਿਹੜੀ ਕੇਂਦਰ ਸਰਕਾਰ ਉਹ ਚਾਹੁੰਦੀ ਆ ਆਪਸ ਵਿੱਚ ਹੀ ਇੱਕ ਦੂਜੇ ਦੇ ਖਿਲਾਫ ਫਸੇ ਰਹਿਣ ਖੁਣੀਆਂ ਇਹਨਾਂ ਦੇ ਸਿਰ ਫਸੇ ਰਹਿਣ ਫੇ ਇਹਦਾ ਮਤਲਬ ਅਸੀਂ ਕਿਤੇ ਨਾ ਕਿਤੇ ਇਦਾਂ ਦੇ ਸ਼ਬਦ ਲਿਖ ਕੇ ਵੀ ਆਪਾਂ ਸਰਕਾਰ ਦੀ ਮਦਦ ਕਰਦੇ ਆ ਕੇਂਦਰ ਸਰਕਾਰ ਦੀ ਹੈਲਪ ਕਰਦੇ ਆ ਅਸੀਂ ਵੀ ਜਿਹੜੀ ਚਾਹੁੰਦੀ ਆ ਆਪਸ ਵਿੱਚ ਹੀ ਦੋ ਫਾੜ ਹੋਏ ਰਹਿਣ ਆਪਾਂ ਜੇ ਤੁਹਾਨੂੰ ਲੱਗੇ ਵੀ ਮੈਂ ਕਹੂੰਗਾ ਜੇ ਤੁਹਾਨੂੰ ਲੱਗੇ ਵੀ ਕਿਤੇ ਉਹ ਬੱਤੀ ਆਗੂਆਂ ਦੇ ਵਿੱਚੋਂ ਕੋਈ ਬੰਦਾ ਗੱਲ ਇਦਾਂ ਦੀ ਨਕਮੀ ਕਰਦਾ ਹੋ ਸਕਦਾ ਕੋਈ ਮੇਰੇ ਕੋਲੋਂ ਵੀ ਮਾੜੀ ਗੱਲ ਹੋ ਜਾਵੇ ਤੁਸੀਂ ਮੈਨੂੰ ਸਿੱਧਾ ਮੇਰਾ ਮੈਨਾਂ ਤਾਲਮਿਲ ਕਰ ਲੋ ਮੈਨੂੰ ਪੁੱਛ ਲੋ ਵੀ ਭਾਈ ਆਹ ਗੱਲ ਤੁਸੀਂ ਕਿਵੇਂ ਕੀਤੀ ਐ ਸਿੱਧਾ ਡਾਇਰੈਕਟ ਫੋਨ ਕਰੋ ਸਾਨੂੰ ਕੋਈ ਤਰਾਜ ਨਹੀਂ ਹੋਏਗਾ ਪਰ ਇਦਾਂ ਜਿੱਲੇ ਆਪਾਂ ਫੇਸਬੁੱਕ ਤੇ ਗੱਲਾਂ ਲਿਖਦੇ ਆ ਨਾ ਮਾੜੇ ਸ਼ਬਦ ਲਿਖਦੇ ਆ ਕਿਤੇ ਨਾ ਕਿਤੇ ਉਹ ਏਕਤਾ ਨੂੰ ਢਾਹ ਲੱਗਦੀ ਐ ਤੇ ਆਪਾਂ ਜਿਹੜੀ ਏਕਤਾ ਨੂੰ ਜਦੋਂ ਢਾਹ ਲੱਗਦੀ ਐ ਤੇ ਸਰਕਾਰ ਹੋਰ ਚਾਮਲਦੀ ਐ ਉਹ ਸਰਕਾਰ ਦੀ ਮਨਛਾ ਪੂਰੀ ਹੁੰਦੀ ਐ ਕਿ ਇਹ ਆਪਸ ਵਿੱਚ ਹੀ ਫਟੇ ਹੋਏ ਨੇ ਸੋ ਇਹ ਹੱਥ ਬਨ ਕੇ ਬੇਨਤੀ ਆ ਉਹਨਾਂ ਨੂੰ ਵੀਰਾਂ ਨੂੰ ਫੇਸਬੁੱਕ ਕੀ ਵਿਦਵਾਨਾਂ ਨੂੰ ਇਦਾਂ ਨਾ ਲਿਖਿਆ ਕਰੋ ਕੁਝ ਵੀ ਉਹ ਇਹ ਕਾਮਰੇਡ ਲਾਣਾ ਇਹ ਤਾਂ ਪੈਰਾਂ ਤੇ ਭਾਰ ਨਹੀਂ ਦਿੰਦੇ ਇਹ ਤਾਂ ਇਹ ਤਾਂ ਵਿਕੇ ਹੋਏ ਨੇ ਜਦੋਂ ਇਹ ਲਿਖਦੇ ਆ ਫਿਰ ਸਰਕਾਰ ਬੜੇ ਚਾਂਬੜਾ ਪਾਉਂਦੀ ਆ ਖੁਸ਼ ਹੁੰਦੀ ਆ ਵੀ ਅੱਜ ਜਿਹੜੀ ਅਸੀਂ ਗੱਲ ਕਰਨੀ ਚਾਹੁੰਦੇ ਆ ਉਹ ਆਪਣੇ ਆਪ ਹੀ ਹੋਈ ਜਾ ਰਹੀ ਹੈ ਸੋ ਇਹ ਨਾ ਕਰਿਆ ਕਰੋ ਤੁਸੀਂ ਕਿਹਾ ਵੀ ਫੇਸਬੁੱਕ ਕੀ ਵਿਦਵਾਨਾਂ ਨੂੰ ਬੇਨਤੀ ਕਰਦੇ ਆ ਪਰ ਫੇਸਬੁੱਕ ਦੇ ਉੱਪਰ ਤਾਂ ਇਹ ਵੀ ਲਿਖਿਆ ਜਾਂਦਾ ਵੀ ਤੁਸੀਂ ਸੰਸਦ ਘੇਰਨ ਦੀ ਕਾਲ ਤਾਂ ਦੇਤੀ ਸੰਸਦ ਜਾਣ ਦੀ ਕਾਲ ਤਾਂ ਦੇਤੀ ਅ ਉਸ ਤੋਂ ਬਾਅਦ ਵੀ ਕੀ ਆ ਨੌਜਵਾਨਾਂ ਨੂੰ ਕਿਤੇ ਗद्दार ਤਾਂ ਨਹੀਂ ਕਿਹਾ ਜਾਊਗਾ ਵੇਖੋ ਮੈਂ ਇਹ ਗੱਲ ਕਮਾਂਗਾ ਮੇਰੇ ਵੱਲੋਂ ਕਦੇ ਇਹ ਸ਼ਬਦ ਨਹੀਂ ਵਰਤਿਆ ਗਿਆ ਮੈਂ ਤਾਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ 26 ਜਨਵਰੀ ਨੂੰ ਜਿਸ ਦਿਨ ਦਾ ਇਹ ਵਾਕਿਆ ਹੈ ਮੇਰੀ ਉਸ ਦਿਨ ਸ਼ਾਮ ਦੀ ਕਿਉਂਕਿ ਮੈਂ ਵੀ ਗਿਆ ਸੀ ਅੱਗੇ ਨੂੰ ਵਾਪਸ ਆ ਕੇ ਮੇਰੀ ਬੀਬੀਸੀ ਵਾਲਿਆਂ ਨੇ ਵਾਈਟ ਹੌਲੇ ਲਈ 7 ਵਜੇ ਰਾਈਡ ਔਰ ਉਹ 7 ਵਜੇ ਦੇ ਕਰੀਬ ਹੋਣੀਆ 10 15 ਮਿੰਟ ਇਧਰ ਉਧਰ ਹੋ ਸਕਦੇ ਆ ਉਹਦੇ ਵਿੱਚ ਉਹਨਾਂ ਨੇ ਵਾਈਟ ਲਈ ਸੀ ਮੈਂ ਉਸ ਦਿਨ ਕਹੇ ਵੀ ਸਾਡੇ ਬੱਚੇ ਚਲੇ ਗਏ ਅੰਦਰ ਗੁੱਸੇ 'ਚ ਆਏ ਹੋਏ ਅਸੀਂ ਉਹਨਾਂ ਨੂੰ ਲੈਣ ਗਏ ਆ ਸਾਡੇ ਪੁੱਤਰ ਨੇ ਉਹ ਸਾਡੇ ਭਾਈ ਨੇ ਅਸੀਂ ਉਹਨਾਂ ਨੂੰ ਵਾਪਸ ਲੈ ਕੇ ਆਏ ਆ ਕਦੇ ਨਹੀਂ ਇਹ ਗੱਲ ਆਖੀ ਪਈ ਉਹ ਸਾਡੇ ਨਹੀਂ ਹੈਗੇ ਔਰ ਇਹ ਗੱਲ ਜਿਹੜੀ ਆ ਜੇਸ ਆਦਮੀ ਨੇ ਗਦਾਰ ਕਿਹਾ ਉਹਨੂੰ ਅਸੀਂ ਅੰਦਰ ਮੀਟਿੰਗ 'ਚ ਬਹਿ ਕੇ ਪਤਾ ਨਹੀਂ ਕਿੰਨਾ ਕੁ ਤਾੜਿਆ ਵੀ ਤੂੰ ਭਾਈ ਇਹ ਸ਼ਬਦ ਕਿਉਂ ਵਰਤੇ ਇੱਕ ਆਗੂ ਨੂੰ ਇਹ ਸ਼ਬਦ ਸੋਹਦੇ ਨਹੀਂ ਵਰਤਨੇ ਦੇਖੋ ਸਾਨੂੰ ਲੋਕ ਬੇਸ਼ੱਕ ਮੈਂ ਹੁਣ ਫੇਸਬੁਕ ਹੀ ਵਿਦਵਾਨ ਕਹਿ ਰਿਹਾ ਮੈਨੂੰ ਵੀ ਕਈ ਗਾਲਾਂ ਕੱਢਦੇ ਨੇ ਫੇਸਬੁਕ ਤੇ ਮੇਰੇ ਵੱਲੋਂ ਕਿਸੇ ਕਿਸੇ ਨੂੰ ਗਾਲ ਨਹੀਂ ਕੱਢੀ ਗਈ ਮੈਂ ਉਹਨਾਂ ਨੂੰ ਅਰਜੀ ਕਰਦਾ ਬੇਨਤੀ ਕਰਦਾ ਹੱਥ ਬੰਨ੍ਹ ਕੇ ਇਹ ਜਿਹੜਾ ਕੋਈ ਆਗੂ ਸਿਆਣਾ ਮੈਂ ਇਹ ਨਹੀਂ ਕਹਿੰਦਾ ਮੈਂ ਮੈਂ ਸਿਆਣਾ ਮੇਰੇ ਤੋਂ ਵੀ ਗਲਤੀ ਹੋ ਸਕਦੀ ਆ ਪਰ ਜਿਹੜਾ ਸਿਆਣਾ ਆਗੂ ਆ ਉਹ ਕਦੇ ਕਿਸੇ ਨੂੰ ਗਾਲੀ ਨਹੀਂ ਕੱਢਦਾ ਉਹਦੇ ਉਹਨਾਂ ਦਾ ਇਹ ਹੁੰਦਾ ਵੀ ਜੇ ਚੰਗਾ ਤੇ ਮਾੜਾ ਉਹਨ ਝੋਲੀ 'ਚ ਪਾ ਲਿਆ ਜੇ ਇੱਕ ਮਾਂ ਦੇ ਪੁੱਤਰ ਤਿੰਨ ਨੇ ਇੱਕ ਪੁੱਤਰ ਵਿੱਚ ਸਿਆਣਾ ਦੋ ਪੁੱਤਰ ਕਿਤੇ ਕਮਲੇ ਆ ਗਲਤੀ ਵੀ ਕਰਦੇ ਆ ਤੇ ਉਹ ਇਹ ਕਹਿਣਾ ਥੋੜਾ ਬੰਦ ਕਰ ਦੂਗੀ ਮੇਰੇ ਪੁੱਤ ਨਹੀਂ ਇਹ ਥੋੜੋਂ ਵੀ ਉਹ ਜੇ ਮਾਂ ਨੂੰ ਉਹ ਗਾਲਾਂ ਦਿੰਦੇ ਨੇ ਤਾਂ ਉਹ ਕਹਿ ਦੂਗੀ ਮੇਰੇ ਪੁੱਤ ਨਹੀਂ ਇਹ ਥੋੜੋਂ ਵੀ ਉਹਨੂੰ ਰੋਟੀ ਖਵਾਣੀ ਅਸਲੀ ਮਾਂ ਜਿਹੜੀ ਆ ਉਹ ਕਦੇ ਉਹਨੂੰ ਰੋਟੀ ਪਾਣੀ ਦੇਣਾ ਨਹੀਂ ਬੰਦ ਕਰੂਗੀ ਇਹ ਝਿੜਕੂਗੀ ਇਹ ਜ਼ਰੂਰ ਕਹੂਗੀ ਪੁੱਤਰਾ ਹੈ ਨਾ ਕਹੇ ਸੋ ਇਸ ਕਰਕੇ ਉਹ ਸਾਡੇ ਬੱਚੇ ਨੇ ਆਪਾਂ ਕਿਸੇ ਨੂੰ ਮੰਦਾ ਚੰਗਾ ਨਾ ਕਹੀਏ ਜੇਕਰ ਕੱਲ ਨੂੰ ਵੀ ਕੋਈ ਸਾਡੇ ਨਾਲ ਨੌਜਵਾਨ ਜਾਂਦੇ ਨੇ ਰਹਿਣਾ ਉਹ ਆਗੂਆਂ ਦੇ ਆਖੇ ਚ ਆਖਾ ਮੰਨ ਕੇ ਚੱਲਣ ਜੋ ਸੇਧ ਮਿਲੇ ਆਗੂਆਂ ਵੱਲੋਂ ਉਹਨੂੰ ਪੂਰਾ ਇੱਕ ਵਾਰੀ ਕਰਕੇ ਤਾਂ ਦੇਖ ਲੋ ਆਗੂਆਂ ਦੇ ਆਖੇ ਤੇ ਚੱਲ ਕੇ ਵੇਖ ਲੋ ਅੱਗੇ ਤੁਸੀਂ ਨੌਜਵਾਨਾਂ ਨੇ ਆਪਣੀ ਮਰਜ਼ੀ ਕੀਤੀ ਆ ਛੱਬੀ ਵਾਲੀ ਹੁਣ ਜੇ ਆਗੂ ਜੋ ਕਹਿੰਦੇ ਆ ਉਹ ਕਰਕੇ ਵੇਖ ਲੋ ਫੇਰ ਆਗੂਆਂ ਦੇ ਕਹੇ ਤੇ ਤੁਸੀਂ ਨਾ ਸਫਲ ਹੋਏ ਕੋਈ ਤੁਹਾਨੂੰ ਮਾੜੀ ਗੱਲ ਕਹੀ ਫੇਰ ਆਗੂਆਂ ਨੂੰ ਕਹੋ ਵੀ ਤੁਹਾਡੀ ਵੀ ਤੁਸੀਂ ਅਸੀਂ ਤੁਹਾਡੀ ਗੱਲ ਮੰਨੀ ਆ ਤੇ ਅੱਜ ਤੁਸੀਂ ਇਹ ਦੱਸੋ ਹੁਣ ਕਿਵੇਂ ਨਹੀਂ ਕਾਮਯਾਬ ਹੋਏ ਇਸ ਕਰਕੇ ਇੱਕ ਵਾਰੀ ਆਗੂਆਂ ਦੀ ਗੱਲ ਮੰਨੋ ਤਾਂ ਸਹੀ ਮੰਨ ਕੇ ਫੇਰ ਦੇਖੋ ਤਾਂ ਸਹੀ ਇਹਦਾ ਹੱਲ ਨਿਕਲਦਾ ਕਿ ਨਹੀਂ ਸਾਹਿਬ ਤੁਸੀਂ ਕਿਹਾ ਵੀ ਜਿਹੜੇ ਬੰਦੇ ਨੂੰ ਕਹੀ ਆਏ ਗੱਲ ਅਸੀਂ ਉਸ ਨੂੰ ਕਾਫੀ ਤਾੜਨਾ ਕਰੀਏ ਪਰ ਉਹ ਉਹ ਬੰਦਾ ਸਾਨੂੰ ਇਸੇ ਪੂਰੇ ਸੰਘਰਸ਼ ਦੇ ਵਿੱਚ ਹੀ ਨਹੀਂ ਦਿਖ ਰਿਹਾ ਉਸ ਤੋਂ ਬਾਅਦ ਵੇਖੋ ਉਹ ਹੁਣ ਉਹਦਾ ਜਵਾਬ ਤਾਂ ਉਹ ਹੀ ਦੇਣਗੇ ਮੈਂ ਕਿਸੇ ਬਾਰੇ ਕਿੰਤੂ ਪ੍ਰੰਤੂ ਨਹੀਂ ਕਰ ਸਕਦਾ ਸਾਡੇ ਅਸੀਂ ਇੱਕ ਮਰਿਆਦਾ ਕਿ ਕਿਸੀ ਬੱਤੀ ਆ ਅਸੀਂ ਇਕੱਠੇ ਰਹਿਣਾ ਤੇ ਮੈਂ ਕਿਸੇ ਦਾ ਨਾਮ ਲੈ ਕੇ ਕਿਸੇ ਨੂੰ ਟਾਰਗੇਟ ਕਰਾਂ ਉਹ ਸੌਂਦਾ ਨਹੀਂ ਫਿਰ ਸਾਡੀ ਇਕਤਾ ਨਹੀਂ ਰਹਿੰਦੀ ਸੋ ਤਾਂ ਤੁਹਾਨੂੰ ਪਤਾ ਹੈ ਤੁਸੀਂ ਜਾਣਦੇ ਹੋ ਤੁਸੀਂ ਉਹਨਾਂ ਨੂੰ ਸਵਾਲ ਕਰੋ ਨਾ ਵੀ ਤੁਸੀਂ ਕਿਉਂ ਨਹੀਂ ਨਜ਼ਰ ਆ ਰਹੇ ਮੈਂ ਉਹਦੇ ਬਾਰੇ ਕੋਈ ਕਿੰਤੂ ਪ੍ਰੰਤੂ ਨਹੀਂ ਕਰਾਂਗਾ ਪਰ ਮੈਂ ਕਹੂੰਗਾ ਇੱਥੇ ਬੱਤੀ ਦੀਆਂ ਬੱਤੀ ਜਥੇ ਬੰਦੀਆਂ ਮੌਜੂਦ ਨੇ ਹੋ ਸਕਦਾ ਕੋਈ ਆਗੂ ਆਪਣੇ ਪਰਸਨਲੀ ਕੰਮ ਕਿਤੇ ਗਿਆ ਆ ਹੋਵੇ ਮੈਂ ਇਹ ਤੇ ਜ਼ਿਆਦਾ ਕਿੰਤੂ ਪ੍ਰੰਤੂ ਨਹੀਂ ਕਰਾਂਗਾ ਪਰਸਨਲੀ ਕੰਮ ਤਾਂ ਰਾਏ ਸਾਹਿਬ ਨੂੰ ਵੀ ਹੁੰਦੇ ਨੇ ਫਿਰ ਕੋਈ ਗੱਲ ਨਹੀਂ ਮੈਂ ਵੀ ਗਿਆ ਸੀ ਹੁਣ ਲੋਹੜੀ ਤੇ ਸੋਰੀ ਬਸਾਖੀ ਤੇ ਜਾ ਕੇ ਆ ਦੋ ਦਿਨ ਲਈ ਪਰ ਕੋਈ ਗੱਲ ਨਹੀਂ ਮੈਂ ਇਹ ਗੱਲ ਕਹੂੰਗਾ ਕਿ ਮੈਂ ਕਿਸੇ ਦੇ ਕਿੰਤੂ ਪ੍ਰੰਤੂ ਨਹੀਂ ਕਰਾਂਗਾ ਰਾਏ ਸਾਹਿਬ ਅੱਗੇ ਬਾਤ ਦੇਾਂਗੇ ਜਿਹੜਾ ਅੱਜ ਅंदोलਨ ਚੱਲ ਰਿਹਾ ਹੈਗਾ ਅੱਜ ਵਾਲਾ ਅंदोलਨ ਕਿੱਥੇ ਖੜਾ ਦੇਖਦੇ ਹੋਗੇ ਜਿਵੇਂ ਸੂਤਰਤਾ ਕਹਿ ਰਹੇ ਨੇ ਇੱਕ ਥਾਂ ਤੇ ਖੜ ਗਿਆ ਦੋਲਣਾ ਨਾ ਹੀ ਅੱਗੇ ਜਾ ਰਿਹਾ ਨਾ ਹੀ ਪਿਛੇ ਜਾ ਰਿਹਾ ਹਾਂ ਸਰਕਾਰ ਦੇ ਬੰਦੇ ਵੀ ਕਹਿ ਰਹੇ ਨੇ ਤੇ ਹੋਰ ਵੀ ਵਿਰੋਧੀ ਧਿਰਾਂ ਕਹਿ ਰਹੀਆਂ ਨੇ ਵੀ ਅੰਦੋਲਨ ਇੱਕ ਥਾਂ ਤੇ ਖੜਾਤਾ ਲੋਕਾਂ ਨੂੰ ਉਥੇ ਅੱਗਾਂ ਲੱਗ ਜਾਂਦੀਆਂ ਨੇ ਟਰਾਲੀਆਂ ਦੇ ਵਿੱਚ ਕੋਈ ਆ ਕੇ ਸਾਰ ਨਹੀਂ ਲੈਂਦਾ ਐਦਾਂ ਦੀਆਂ ਗੱਲਾਂ ਕਿਉਂ ਆ ਰਹੀਆਂ ਨੇ ਫੇਰ ਵੀ ਸਾਹਮਣੇ ਨਹੀਂ ਵੇਖੋ ਇੱਕ ਗੱਲ ਮੈਂ ਕਮਾਂਗਾ ਵੀ ਦੇਖੋ ਖੜੋਤ ਤੇ ਆਈ ਹੈ ਅੰਦੋਲਨ 'ਚ ਇਹ 'ਚ ਕੋਈ ਦੋਰਾਏ ਨਹੀਂ ਪਰ ਮੈਂ ਕਹੂੰਗਾ ਇਹਦੀ ਸਿਰਦਰਦੀ ਸਰਕਾਰ ਨੂੰ ਚਾਹੀਦੀ ਹੈ ਸਾਡੇ ਲੋਕ ਕਿਉਂ ਇਹ ਮਹਿਸੂਸ ਕਰਦੇ ਆ ਕੋਈ ਅੰਦੋਲਨ ਦੇ ਵਿੱਚ ਐਕਟੀਵਿਟੀ ਨਹੀਂ ਅੰਦੋਲਨ ਤਿੱਖਾ ਨਹੀਂ ਸਰਕਾਰ ਦੀ ਸਿਰਦਰਦੀ ਹੈ ਇਹ ਛੋਟੀ ਗੱਲ ਹੈ ਕਿ ਪੰਜ ਨੈਸ਼ਨਲ ਹਾਈਵੇ ਦੱਬ ਕੇ ਬੈਠੇ ਆ ਆਪਾਂ ਕਬਜ਼ਾ ਕਰੀ ਬੈਠੇ ਆ ਸਰਕਾਰ ਅੱਜ ਤੇ ਅਸੀਂ ਬੈਠੇ ਸਿੰਗੂ ਤੇ ਇਹ ਐਨ ਐਚ 1 ਹੈ ਨੈਸ਼ਨਲ ਹਾਈਵੇ 1 ਪੂਰੇ ਭਾਰਤ ਦਾ ਜਿਹੜਾ ਨੈਸ਼ਨਲ ਹਾਈਵੇ ਮਤਲਬ ਰੋਡ ਨੰਬਰ 1 ਹੈ ਔਰ ਜਿਹਨੂੰ ਅਸੀਂ ਕਬਜ਼ਾ ਕੀਤਾ ਹੋਇਆ ਜਿੱਥੇ ਤਾਂ ਹੀ ਮਕਾਨ ਬਣਾ ਲੈ ਪੱਕੇ ਮੈਂ ਤੁਸੀਂ ਤੁਹਾਨੂੰ ਵੇਖਿਓ ਛੱਤ ਪਾ ਕੇ ਮਕਾਨ ਬਣਾਉਂਦੇ ਪੱਕੇ 9 ਇੰਚ ਦੀਵਾਰਾਂ ਕੱਢ ਕੇ ਔਰ ਇਹ ਸਰਕਾਰ ਲਈ ਛੋਟੀ ਗੱਲ ਹੈ ਆਪਾਂ ਜੇ ਕਿਸੇ ਦੇ ਨਾ ਜਗ੍ਹਾ ਤੇ ਕਬਜ਼ਾ ਕਰਨਾ ਵੀ ਰਾਤੋਂ ਰਾਤ ਉੱਥੇ ਘਰ ਬਣਾਉਣੇ ਆ ਜਾਂ ਕਮਰਾ ਪਾਉਣੇ ਆ ਜਾਂ ਚਾਰ ਇੱਟਾਂ ਲਾਨੇ ਬਾ ਬਾਥਰੂਮੇ ਖੜਾ ਕਰ ਦਈਏ ਇੱਥੇ ਕਮਰੇ ਪੈ ਗਏ ਝੌਂਪੜੀਆਂ ਪੈ ਗਈਆਂ ਛੋਟੀ ਗੱਲ ਹੈ ਸਰਕਾਰ ਲਈ ਡੁੱਬ ਮਰਨੇ ਦੀ ਗੱਲ ਹੈ ਇਹ ਜਿਹੜੀ ਬੀਜੇਪੀ ਦੀ ਸਰਕਾਰ ਹੈ ਇਹ ਜਿਹੜੀ 56 ਇੰਚ ਦੀ ਛਾਤੀ ਵਾਲੀ ਸਰਕਾਰ ਹੈ ਜਿਹੜੀ ਮੋਦੀ ਹੈ ਤੋਂ ਮੁਮਕਨ ਵਾਲੀ ਸਰਕਾਰ ਹੈ ਉਹਦੇ ਲਈ ਡੁੱਬ ਮਰਨੇ ਵਾਲੀ ਗੱਲ ਹੈ ਕਿ ਉਹਦਾ ਹਾਈਵੇ ਦੱਬ ਕੇ ਬੈਠੇ ਛੜਾਲਵੇਂ ਜਦਾਂ ਮੈਂ ਤਾਂ ਜੇ ਜ਼ੋਰ ਤਾਂ ਕੀ ਛੜਾਲਵੇਂ ਬਿਲਕੁਲ ਨਹੀਂ ਛੱਡਾਂਗੇ ਜਿੰਨਾ ਚਿਰ ਇਹ ਤਿੰਨੋਂ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਸੋ ਇਸ ਕਰਕੇ ਇਹ ਛੋਟੀ ਗੱਲ ਨਹੀਂ ਹੈ ਖਰੋਤ ਤਾਂ ਸਰਕਾਰ ਲਈ ਆ ਸਾਡੇ ਲਈ ਕੋਈ ਖਰੋਤ ਨਹੀਂ ਸਾਡਾ ਅੰਦੋਲਨ ਜਾਰੀ ਹੈ ਅਸੀਂ ਕਬਜ਼ੇ 'ਚ ਆਸੀਂ ਪੋਜੀਟਿਵ ਹਾਂ ਅਸੀਂ ਸਰਕਾਰ ਦੀ ਜਿਹੜੀ ਨੈਸ਼ਨਲ ਪ੍ਰਾਪਰਟੀ ਆ ਦੇਸ਼ ਦੀ ਉਹਤੇ ਕਬਜ਼ਾ ਕਰਕੇ ਬੈਠੇ ਆ ਤਾਂ ਫਿਰ ਕੌਣ ਅੱਗੇ ਆ ਅਸੀਂ ਆ ਜਿਹੜੇ ਕਬਜ਼ਾ ਕਰਨ ਵਾਲੇ ਤੇ ਜਿਹੜੇ ਹਾਰ ਕੇ ਬੈਠੇ ਨੇ ਕਬਜ਼ਾ ਨਹੀਂ ਛਡਾ ਹੋ ਰਿਹਾ ਉਹ ਕੌਣ ਹੈ ਉਹ ਕੇਂਦਰ ਸਰਕਾਰ ਹੈ ਸਰਕਾਰ ਤਾਂ ਹਾਰੀ ਪਈ ਸਾਡੇ ਮੂਰੇ ਇਕ ਕ ਕਾਨੂੰਨ ਰੱਦ ਕਰਾਉਣ ਦੀ ਗੱਲ ਹੈ ਨਾ ਪਰ ਹਾਲੇ ਤੱਕ ਤਾਂ ਸਰਕਾਰ ਦੀ ਹਾਰ ਹੈ ਨਾ ਕਿ ਅਸੀਂ 5 ਨੈਸ਼ਨਲ ਹਾਈਵੇ ਦਬੇ ਹੋਏ ਨੇ ਕਬਜ਼ਾ ਕਰੀ ਬੈਠੇ ਆ ਸਰਕਾਰ ਕੋਲ ਜੁਰਤ ਨਹੀਂ ਉਹਨੂੰ ਛਡਾ ਲਵੇ ਫਿਰ ਕੌਣ ਹਾਰਿਆ ਤੇ ਕੌਣ ਜਿੱਤਿਆ ਅੰਦੋਲਨਕਾਰੀ ਜਿੱਤ ਦੇ ਵਿੱਚ ਨੇ ਔਰ ਜਿਹੜੀ ਸਰਕਾਰ ਉਹ ਹਾਰ ਦੇ ਵਿੱਚ ਹੈ ਰਾਜੇਵਾਲ ਸਾਹਿਬ ਦਾ ਬਿਆਨ ਆਉਂਦਾਗਾ ਸਟੇਜਾਂ ਦੇ ਉੱਪਰੋਂ ਕਿ ਸਾਰਾ ਕ੍ਰੈਡਿਟ ਮਨਜਿੰਦਰ ਸਿੰਘ ਸਿਰਸਾ ਲੈ ਗਿਆ ਸੰਯੁਕਤ ਮੋਰਚੇ ਨੇ ਬੜੀ ਸੇਵਾ ਕੀਤੀ ਆ ਕੀ ਅਸੀਂ ਇਸੇ ਕ੍ਰੈਡਿਟ ਲੈਣ ਦੇ ਮਾਰੇ ਬੈਠੇ ਆ ਨਹੀਂ ਨਹੀਂ ਦੇਖੋ ਮੈਂ ਇਹ ਤਾਂ ਜੋ ਰਾਜੇਵਾਲ ਸਾਹਿਬ ਸਿਆਣੇ ਲੀਡਰ ਨੇ ਸਾਡੇ ਵੱਡੇ ਆਗੂ ਨੇ ਉਹਨੀ ਜੋ ਕਿਹਾ ਮੈਂ ਉਹਨਾਂ ਤੇ ਕਿੰਤੂ ਪਰੰਤੂ ਨਹੀਂ ਕਰਾਂਗਾ ਪਰ ਮੈਂ ਇਹ ਗੱਲ ਕਮਾਂਗਾ ਦੇਖੋ ਇਹਦੇ ਵਿੱਚ ਇੱਕ ਪੈਨਲ ਬਣਿਆ ਸੀ ਐਡਵੋਕੇਟ ਦਾ 150 ਵਕੀਲ ਸਨ ਜਿਹੜੇ ਸਾਡੇ ਜਿਹੜੇ ਉਹ ਸੰਯੁਕਤ ਮੋਰਚੇ ਨੂੰ ਜਿਨ੍ਹਾਂ ਨੇ ਸਪੋਰਟ ਕੀਤੀ ਸੀ ਉਹ ਪੈਨਲ ਸੀਗਾ ਔਰ ਗੁਰਦੁਆਰਾ ਰਿਕਾਵਗੰਜ ਵਿਖੇ ਦਫ਼ਤਰ ਬਣਾਇਆ ਗਿਆ ਜਿਹੜੇ ਜ਼ਰੂਰੀ ਕਾਗਜ਼ात ਮਹਈਆ ਕਰਾਉਣੇ ਸੀ ਦਿੱਲੀ ਪੁਲਿਸ ਵੱਲੋਂ ਉਹ ਮਨਜਿੰਦਰ ਸਿੰਘ ਸਾਨੇ ਕਰਾਏ ਦੋਨਾਂ ਦੀ ਕੋਆਪਰੇਸ਼ਨ ਦੇ ਨਾਲ ਇਹ ਜਿਹੜੇ ਬੱਚੇ ਬਾਹਰ ਆਏ ਨੇ ਉਹਦੇ ਵਿੱਚ ਅਸੀਂ ਉਹ ਜਿਹੜੀ ਜਿੰਨੀ ਕੋਆਪਰੇਸ਼ਨ ਉਹ ਨਹੀਂ ਕੀਤੀ ਆ ਆਪਾ ਨੂੰ ਵੀ ਇਗਨੋਰ ਨਹੀਂ ਕਰ ਸਕਦੇ ਇਹ ਜਿ ਕਿਸੇ ਦੇ ਕ੍ਰੈਡਿਟ ਲੈਣ ਦੀ ਗੱਲ ਨਹੀਂ ਦੇਖੋ ਅੰਦੋਲਨ ਦੇ ਵਿੱਚ ਅੱਜ ਕਿਤੇ ਨਾ ਕਿਤੇ ਹਰ ਇੱਕ ਬੰਦਾ ਸੰਜੀਦਗੀ ਨਾਲ ਲੱਗਾ ਹੋਇਆ ਇਹ ਸਮਝਦਾ ਵੀ ਕੱਲੀ ਇਹ ਖੇਤੀ ਕਾਨੂੰਨਾਂ ਦੀ ਗੱਲ ਨਹੀਂ ਅੱਜ ਸਾਡੀ ਕੌਮ ਦੇ ਪੱਗ ਦੀ ਗੱਲ ਹੈ ਇਸ ਕਰਕੇ ਹਰ ਇੱਕ ਬੰਦਾ ਜਿਹੜਾ ਮੈਂ ਤਾਂ ਪਹਿਲੇ ਦਿਨ ਤੋਂ ਕਹਿੰਨਾ ਜਿਹੜਾ ਦੋ ਕਦਮ ਵੀ ਚੱਲ ਕੇ ਆਇਆ ਅਸੀਂ ਕ੍ਰੈਡਿਟ ਬਾਰ ਚ ਕਾਨੂੰ ਪੈਣਾ ਦੋ ਕਦਮ ਵੀ ਚੱਲ ਕੇ ਆਇਆ ਉਹ ਸਾਡੇ ਸਿਰ ਮੱਥੇ ਆ ਉਹ ਚਾਹੇ ਮਨਜਿੰਦਰ ਸਿੰਘ ਸਿਰਸਾ ਕਿਉਂ ਨਾ ਹੋਵੇ ਤੇ ਉਹ ਉਸ ਮਨਜਿੰਦਰ ਸਿੰਘ ਸਿਰਸਾ ਉਹਨਾਂ ਨੇ ਇੱਥੇ ਲੰਗਰ ਵੀ ਲਾਏ ਨੇ ਔਰ ਉਹ ਨਾਲ ਵੀ ਰਹੇ ਨੇ ਉਨੀ ਜਿਵੇਂ ਬਾਕੀ ਸਾਡੇ ਬਾਕੀ ਸੰਸਥਾਵਾਂ ਨੇ ਲੰਗਰ ਲਾਏ ਨੇ ਇਦਾਂ ਹੀ ਉਹਨੇ ਵੀ ਸਪੋਰਟ ਕੀਤੀ ਆ ਫਿਰ ਤੇ ਕ੍ਰੈਡਿਟ ਵਾਲੀ ਗੱਲ ਨਹੀਂ ਜੇ ਕੋਈ ਕ੍ਰੈਡਿਟ ਲੈਣਾ ਚਾਹੇਗਾ ਤਾਂ ਉਹ ਵਕਾਲਪੁਰਖ ਵਾਹਿਗੁਰੂ ਜਾਣਦਾ ਕ੍ਰੈਡਿਡਿਟ ਵਾਲੀ ਕੋਈ ਗੱਲ ਨਹੀਂ ਰਾਜੇਵਾਲ ਸਾਹਿਬ ਇੱਕ ਸਿਆਣੇ ਲੀਡਰ ਨੇ ਉਹ ਇਦਾਂ ਕਿਉਂ ਬੋਲਦ ਨੇ ਸਮਝਾਉਂਦੇ ਨਹੀਂ ਹੈਗੇ ਕਦੇ ਉਹਨਾਂ ਨੂੰ ਨਹੀਂ ਮੈਂ ਅਸੀਂ ਉਹਨਾਂ ਨੂੰ ਕਿਵੇਂ ਸਮਝਾ ਸਕਦੇ ਆ ਸਾਡੀ ਉਮਰ ਤੋਂ ਮੈਂ ਕਹਿ ਸਕਦਾ ਵੱਡਾ ਉਹਨਾਂ ਦਾ ਤਜਰਬਾ ਹੈ ਉਹ ਸਿਆਣੇ ਆਗੂ ਨੇ ਉਹ ਤਾਂ ਉਹੀ ਜਵਾਬ ਦੇਣਗੇ ਤੁਸੀਂ ਉਹਨਾਂ ਨੂੰ ਪੁੱਛੋ ਵੀ ਉਹਨਾਂ ਨੇ ਕਿਵੇਂ ਕਿਹਾ ਮੇਰੀ ਆਪਣੀ ਪਰਸਨਲ ਭਾਵਨਾयां ਵੀ ਇੱਥੇ ਕ੍ਰੈਡਿਟ ਵਾਰਨ ਵਾਲੀ ਕੋਈ ਗੱਲ ਨਹੀਂ ਹੈ। ਇੱਕ ਆਖਰ ਦੇ ਵਿੱਚ ਸਵਾਲ ਆ ਲੋਕ ਵੀ ਕਹਿੰਦੇ ਨੇ ਤੇ ਜਿਹੜੇ ਮਤਲਬ ਵਿਰੋਧੀ ਧਿਰਾਂ ਨੇ ਜਾਂ ਕੋਈ ਛੱਡੇ ਹੋਏ ਬੰਦੇ ਨੇ ਸਰਕਾਰ ਵੱਲੋਂ ਜਾਂ ਤੁਹਾਡੇ ਜਿਹੜੇ ਵਿਰੋਧੀ ਨੇ ਉਹ ਵੀ ਕਹਿੰਦੇ ਨੇ ਕਿ ਯਾਰ ਸੰਯੁਕਤ ਮੋਰਚੇ 'ਚ ਪੈਸਾ ਬਹੁਤ ਇਕੱਠਾ ਹੋਇਆ ਸੀ। ਪਰ ਮਨਜੀਤ ਰਾਏ ਨੇ ਕਿੰਨਾ ਕ ਪੈਸਾ ਇਕੱਠਾ ਕਰ ਲਿਆ ਸੰਯੁਕਤ ਮੋਰਚੇ 'ਚ। ਮੈਂ ਇਹ ਤੁਹਾਨੂੰ ਦੱਸਣਾ ਚਾਹਨਾ ਇੱਕ ਇੱਕ ਪੈਸੇ ਦਾ ਹਿਸਾਬ ਜਿਹੜਾ ਉੱਥੇ ਕੀਤਾ ਹੋਇਆ ਔਰ ਮੈਨੂੰ ਬਾਹਰੋਂ ਜਿੰਨੇ ਸੱਜਣਾ ਨੇ ਕਾਲ ਕੀਤੀ ਵੀ ਕੁਝ ਚਾਹੀਦਾ ਉਹਨਾਂ ਨੂੰ ਹੱਥ ਜੋੜ ਕੇ ਦਾ ਬੇਨਤੀ ਕਰਦੇ ਰਹੇ ਵੀ ਜਦੋਂ ਜ਼ਰੂਰਤ ਹੋਊਗੀ ਤੁਹਾਨੂੰ ਦੱਸਾਂਗੇ ਕਿਸੇ ਕੋਲੋਂ ਮੈਨੂੰ ਕੋਈ ਸੱਜਣ ਕਹਿ ਦਵੇ ਬਾਹਰੋਂ ਜਿੰਨੇ ਵੀ ਕਿਉਂਕਿ ਮੈਂ ਦੁਆਬੇ ਤੋਂ ਹਾਂ ਨਾ ਸਾਡੀ ਸਾਰੀ ਬੈਲਟ ਜਿਹੜੀ ਆ ਉਹ ਐਨਆਰਆਈ ਹੈ ਔਰ ਮੈਨੂੰ ਇੱਕ ਸੱਜਣ ਵੀ ਕਹਿ ਦਵੇ ਵੀ ਮਨਜੀਤ ਸਿੰਘ ਨੇ ਇੱਕ ਰੁਪਈਆ ਵੀ ਮੰਗਵਾਇਆ ਕਹਿ ਕੇ 1 ਰੁਪਈਆ ਵੀ ਮੈਂ ਆਪਣੀ ਜਥੇਵੰਦੀ ਵੱਲੋਂ ਇਹ ਦਾਅਵੇ ਨਾ ਕਹਿ ਸਕਦਾ ਕਿ ਮੈਨੂੰ ਜਿੰਨੀ ਵਾਰੀ ਕਾਲ ਆਈ ਆ ਵੀ ਕਿਸੇ ਚੀਜ਼ ਦੀ ਜ਼ਰੂਰਤ ਉਹਨਾਂ ਨੂੰ ਕਿਹਾ ਹਾਲੇ ਸਾਨੂੰ ਬਹੁਤ ਬੇਨ ਤੁਹਾਡੀ ਕਿਰਪਾ ਆ ਤੇ ਜਦੋਂ ਜ਼ਰੂਰਤ ਹੋਏਗੀ ਸਾਨੂੰ ਲੱਗੇਗਾ ਵੀ ਸਾਡੇ ਕੋਲ ਹੁਣ ਕਮੀ ਪੈਸੀ ਆ ਅਸੀਂ ਤੁਹਾਨੂੰ ਬੇਨਤੀ ਕਰ ਲਵਾਂਗੇ ਤੇ ਹਾਲੇ ਸਾਨੂੰ ਕੁਝ ਨਹੀਂ ਚਾਹੀਦਾ ਪਰ ਫਿਰ ਵੀ ਜਿਹੜਾ ਸਟੇਜ ਤੇ ਪੈਸਾ ਆਇਆ ਲੋਕਾਂ ਨੇ ਸਿੱਧੇ ਤੌਰ ਤੇ ਪੈਸਾ ਭੇਜਿਆ ਬਹੁਤ ਲੋਕਾਂ ਨੇ ਉਹ ਲਗਭਗ 5.5 ਕਰੋੜ ਰੁਪਈਆ ਮੇਰੇ ਖਿਆਲ ਦੇ ਵਿੱਚ ਸੀਗਾ ਜਿਹੜਾ ਆਇਆ ਔਰ ਉਹਦੇ ਖਰਚੇ ਵੀ ਵੱਡੇ ਹੋਏ ਨੇ ਜਿਹਦੇ ਵਿੱਚ ਕੋ ਐਕਸੀਡੈਂਟ ਕੇਸ ਹੋਏ ਨੇ ਕੋਈ ਇੱਥੋਂ ਚੱਕ ਕੇ ਲਿਜਾ ਕੇ ਦਾਖਲ ਕੀਤੇ ਨੇ ਜਿਵੇਂ ਹੁਣ ਇੱਕ ਬੱਚੇ ਦੀ ਅਥਾਰਟੀ ਦੀ ਹੱਡੀ ਜਿਹੜੀ ਉਹ ਮਗਰ ਨੂੰ ਮਣਕਾ ਟੁੱਟ ਗਿਆ ਚੰਡੀਗੜ੍ਹ ਪੀਜੀਆ 'ਚ ਦਾਖਲ ਰਿਆ بڑے بڑے 5-5 7-7 ਲੱਖ ਦੇ ਬਿੱਲ ਗਏ ਨੇ ਮੈਡੀਕਲ ਔਰ ਉਹ ਜਿਹੜਾ ਟੈਂਟ ਸਾਊਂਡ ਚੱਲ ਰਿਹਾ ਜੋ ਉਹਦੇ ਖਰਚੇ ਨੇ ਹੋਰ ਜਿੰਨੇ ਵੀ ਨਿੱਕੇ-ਮੂٹے ਖਰਚੇ ਆਏ ਨੇ ਸਟੇਜ ਦੇ ਉੱਪਰ ਮਤਲਬ ਕਹਿ ਦਿਓ ਈਵਨ ਜਿਹੜੀ ਚੀਜ਼ ਦੀ ਵੀ ਲੋੜ ਪੈਂਦੀ ਆ ਉਹ ਪੈਦਾ ਕਰਨੀ ਪੈਂਦੀ ਆ ਉਹ ਵਿੱਚੋਂ ਖਰਚੇ ਚੱਲ ਰਹੇ ਨੇ ਸੋ ਇਸ ਕਰਕੇ ਉਹਦਾ ਇੱਕ-ਇੱਕ ਪੈਣੀ ਦਾ ਹਿਸਾਬ ਇੱਕ-ਇੱਕ ਪੈਸੇ ਦਾ ਹਿਸਾਬ ਕਿਉਂਕਿ ਉਹ ਤਿੰ ਖਰਚਾ ਕਮੇਟੀ ਵੱਖਰੀ ਬਣੀ ਹੋਈ ਆ ਕੈਸ਼ ਕਮੇਟੀ ਵੱਖਰੀ ਬਣੀ ਹੋਈ ਆ ਇੱਕ ਇੱਕ ਪੈਸੇ ਦਾ ਹਿਸਾਬ ਜਿਸ ਦਿਨ ਅੰਦੋਲਨ ਖਤਮ ਹੋਇਆ ਬਿਲਕੁਲ ਫੇਸਬੁੱਕ ਤੇ ਚੜਾ ਦੇਾਂਗੇ ਲਿਸਟਾ ਬਣਾ ਕੇ ਔਰ ਜਿਹੜੇ ਜਿਹੜੇ ਬੰਦਿਆਂ ਨੇ ਪੈਸੇ ਭੇਜੇ ਨੇ ਉਹਨਾਂ ਦੀ ਵੀ ਲਿਸਟ ਚੜ ਜੂਗੀ ਹਰ ਇੱਕ ਬੰਦਾ ਆਪਣਾ ਆਪਣਾ ਚੈੱਕ ਕਰ ਸਕਦਾ ਵੀ ਮੇਰੇ ਪੈਸੇ ਇੰਨੇ ਗਏ ਸੀ ਇੰਨੇ ਦੀ ਮੈਂ ਰਸੀਦ ਕਟਾ ਕੇ ਲਿਆ ਸੀ ਇੰਨੇ ਪੈਸੇ ਮੇਰੇ ਖਰਚੇ ਗਏ ਕਿ ਨਹੀਂ ਖਰਚੇ ਗਏ ਇੱਕ ਇੱਕ ਪੈਸੇ ਦਾ ਸਾਫ ਹੋਊਗਾ ਕੋਈ ਇੱਥੇ ਪੈਸੇ ਦਾ ਐਮੀ ਰੋਲਾ ਪਾ ਦੇਣਾ ਇਦਾਂ ਤਾਂ ਮੈਨੂੰ ਇੱਕ ਸੱਜਣ ਕਹਿਣ ਲੱਗਾ ਉਹ ਐਨ ਆਰ ਆਈ ਵੀਰ ਮੈਂ ਨਾ ਨਹੀਂ ਲੈ ਮੈਨੂੰ ਫੋਨ ਕੀਤਾ ਉਹ ਕਹਿੰਦਾ ਮਨਜੀਤ ਸਿੰਘ ਜੀ ਕਹਿੰਦਾ ਤੁਸੀਂ ਲੱਗਦਾ ਪਿਆ ਆਗੂਆਂ ਨੇ 6000 ਕਰੋੜ ਰੁਪਇਆ ਇਕੱਠਾ ਕਰ ਲਿਆ ਮੈਂ ਕਿਹਾ ਵੀ ਜੀ ਤਾਂ ਬਣਦਾ ਇਹਦਾ ਮਤਲਬ 2-200 ਕਰੋੜ ਰੁਪਇਆ ਇੱਕ ਇੱਕ ਆਗੂ ਨੂੰ ਆ ਗਿਆ ਫੇਰ ਤਾਂ ਲੋੜ ਹੀ ਨਹੀਂ ਅੰਦੋਲਨ ਲਾਉਣ ਦੀ ਤੁਸੀਂ ਇਹ ਤਾਂ ਮੈਂ ਕਿਹਾ ਬੜੀ ਧੰਤਨ ਕਰਤੀ ਵੀ ਉਹ ਜਦੋਂ ਮੈਂ ਉਹਨੂੰ ਪੁੱਛਿਆ ਵੀ ਕਿਵੇਂ ਕਹਿੰਦਾ ਜੀ ਉਹ ਪਹਿਲਾਂ ਤਾਂ ਉਹ ਲੇਖ ਵਿਚਾਰੇ ਦੇ ਹਿਸਾਬ-ਕਿਤਾਬ 'ਚ ਹੀ ਫਰਕ ਸੀ ਕਹਿੰਦਾ ਜੀ 12000 ਪਿੰਡਿਆ ਤੇ 5-5 ਲੱਖ ਰੁਪਇਆ ਇੱਕ ਇੱਕ ਪਿੰਡ 'ਚੋਂ ਲਾ ਲਓ ਤੁਸੀਂ ਮੈਂ ਕਿਹਾ ਹੁਣ ਕਿਹੇ ਪਿੰਡਿਆ ਉਹ ਵਿਚਾਰਿਆਂ ਨੇ 10000 ਵੀ ਨਹੀਂ ਦਿੱਤਾ ਤੇ ਤੂੰ 1200 ਤੇ ਮੈਂ ਕਿਹਾ ਖਾਸ ਕਰ ਵੀ ਤੂੰ ਦੱਸਦਾ ਸਹੀ ਕਹਿੰਦਾ ਜੀ ਨਹੀਂ ਮੈਂ ਪੈਣਾ ਹੈਗਾ ਮਾਲਵੇ ਦੇ ਏਰੀਆ ਜੋ ਉੱਥੇ ਤਾਂ ਆਗੂ ਨੇ ਪਰਚੀਆਂ ਕੱਟੀਆਂ ਮੈਂ ਕਹਾਂ ਜੀ ਮੈਂ ਤਾਂ ਦੁਆਬੇ ਦਾ ਕਹਿ ਸਕਦਾ ਦੁਆਬੇ 'ਚ ਮੇਰੀ ਜਥੇਬੰਦੀ ਆ ਭਾਰਤੀ ਕਿਸਾਨ ਜੀ ਉਹਨੇ ਦੁਆਬਾ ਹੱਥ ਜੇ ਉਹਦੀ ਕਿਸੇ ਨੇ ਕਿਸੇ ਦੇ ਘਰ ਜਾ ਕੇ ਪਰਚੀ ਕੱਟੀ ਹੋਵੇ 5 ਰੁਪਏ ਦੀ ਵੀ ਤੇ ਅਸੀਂ ਦੇਣਦਾਰ ਆਂ ਉਹਦੇ ਇੱਕ ਦੀ ਪਰਚੀ ਨਹੀਂ ਕੱਟੀ ਜੇ ਕਿਸੇ ਨੇ ਸੇਵਾ ਭੇਜੀ ਜਥੇਬੰਦੀ ਨੂੰ ਉਹ ਜਿੱਥੇ ਭੇਜੀ ਉੱਥੇ ਲੱਗੀ ਹੋਊਗੀ ਬਿਲਕੁਲ ਇੱਕ ਪੈਸਾ ਨਹੀਂ ਸਾਡਾ ਕਿਉਂਕਿ ਇੱਕ ਲੰਗਰ ਚੱਲਦਾ ਫਗਵਾੜੇ ਉੱਥੇ ਲੰਗਰ ਤੇ ਕੁਝ ਸੇਵਾ ਆਉਂਦੀ ਰਹੀ ਆ ਉਹ ਉੱਥੇ ਦਾ ਖ ਉਹ ਇਸ ਕਰਕੇ ਅਸੀਂ ਤਾਂ ਬਿਲਕੁਲ ਪੈਖਾਨੇ ਇਸ ਗੱਲ ਤੋਂ ਕਿ ਵਾਹਿਗੁਰੂ ਕਿਰਪਾ ਕਰੇ ਸਾਨੂੰ ਆਪਣੇ ਹੱਕ ਤੇ ਸੱਚ ਦੀ ਕਮਾਈ ਦੇਵੇ ਕਿਸੇ ਦਾ ਪੈਸਾ ਲੈ ਕੇ ਅਸੀਂ ਗੱਲਣਾ ਇਸ ਦੇ ਦੇ ਤੇ ਆਪਣੇ ਮੈਂ ਤਾਂ ਕਹੂੰਗਾ ਜਿਹੜਾ ਇਹ ਕਿਸੇ ਦੀ ਮਿਹਨਤ ਦਾ ਪੈਸਾ ਹੁੰਦਾ ਬਾਹਰੋਂ ਐਨਆਰਆਈ ਵੀਰ ਵੀ ਜਿਹੜੇ ਓਵਰਟਾਈਮ ਲਾ ਕੇ ਭੇਜਦੇ ਨੇ ਜਿਹੜਾ ਉਹ 1 ਰੁਪਈਆ ਵੀ ਨਜਾਇਜ਼ ਖਾਊਗਾ ਉਹਦੇ ਦੇਜ ਚ ਕੀੜੇ ਚੱਲਣਗੇ ਉਹ ਇਹ ਪੈਸਾ ਗਾਲ ਦਊਗਾ ਇਸ ਕਰਕੇ ਬਿਲਕੁਲ ਜਦੋਂ ਮਰਜੀ ਸਾਹਿਬ ਲੈਣ ਅਸੀਂ ਹਰ ਵੇਲੇ ਸਾਹਿਬ ਦੇਣ ਨੂੰ ਤਿਆਰ ਹਾਂ ਰਾਜ ਸਾਹਿਬ ਪੰਜਾਬ ਦੇ ਵਿੱਚ ਮਹਾ ਪੰਚਾਇਤਾਂ ਕਰਨ ਦੀ ਕੀ ਲੋੜ ਪਈ ਵਿਕੋ ਗੱਲ ਇਦਾਂ ਐ ਅਸੀਂ ਤਾਂ ਮੈਂ ਸਭ ਤੋਂ ਪਹਿਲਾਂ ਵਿਰੋਧ ਕੀਤਾ ਸੀ ਪੰਜਾਬ ਦੇ ਵਿੱਚ ਮਹਾਪੰਚਾਇਤਾਂ ਦਾ ਮੈਂ ਕਿਹਾ ਵੀ ਅਸੀਂ ਮਹਾਪੰਚਾਇਤਾਂ ਬਿਲਕੁਲ ਨਹੀਂ ਕਰਨੀਆਂ ਬੰਦ ਕਰੋ ਮਹਾਪੰਚਾਇਤਾਂ ਮੈਂ ਤੀਵਨਿਥਾ ਕਹਿੰਦਾ ਸੀ ਵੀ ਜਿਹੜਾ ਮਹਾਪੰਚਾਇਤਾਂ ਜਾਉ ਉਹਨੂੰ ਸਸਪੈਂਡ ਕਰੋ ਬੇਸ਼ੱਕ ਪਰ ਉਹ ਕੁਝ ਹਾਲਾਤ ਇਦਾਂ ਦੇ ਬਣ ਗਏ ਜਿਹੜੀਆਂ ਜਿੱਥੇ ਬੰਦੀਆਂ ਸਾਡੀਆਂ 32 ਸਨ ਉਹ ਤਾਂ ਆਗੂ ਜਾਂਦੇ ਹੀ ਸਨ ਕੁਝ ਜਿੱਥੇ ਬੰਦੀਆਂ 1 2 ਸੱਤ ਤੋਂ ਬਾਹਰ ਵੀ ਆ ਪੰਜਾਬ ਦੀਆਂ ਉਹਨਾਂ ਨੇ ਆ ਕੇ ਜਿੱਥੇ ਉਹਨਾਂ ਦਾ ਕੋਈ ਕੇਡਰ ਹੈ ਹੀ ਨਹੀਂ ਖਾਸ ਕਰ ਮੈਨੂੰ ਆਪਣੇ ਦੁਆਬੇ ਚ ਇੱਕ ਰੈਲੀ ਕਰਨੀ ਪੈਗੀ ਪੂਰੇ ਦੁਆਬੇ ਚ ਅਸੀਂ ਹਰ ਜ਼ਿਲ੍ਹੇ ਚ ਨਹੀਂ ਕੀਤੀ ਪੂਰੇ ਦੁਆਬੇ ਚ ਕੀਤੀ ਆ ਅਸ਼ੀਦਪੱਗ ਸਿੰਘ ਦੇ ਨਗਰ ਅਸੀਂ ਖਟਕੜ ਕਲਾਂ ਰੱਖੀ ਸੀ ਉਹ 23 ਮਾਰਚ ਦੀ ਔਰ ਇਕਤਾ ਰੱਖੀ ਸੀ ਉਹਦੇ ਵਿੱਚ ਖਾਸ ਕਰ ਇਸ ਕਰਕੇ ਰੱਖੀ ਵੀ ਆਪਾਂ ਜਿਹੜਾ ਲੱਗ ਰਹਾ ਕਿਤੇ ਕਿਤੇ ਬਖਰੀ ਮ ਆਇਆ ਪਈ ਪੰਥ ਤੱਕ 13 ਵਖਰੀਆਂ ਤੁਰੀਆਂ ਫਿਰਦੀਆਂ ਕਾਮਰੇਡ ਵਖਰੀ ਤੁਰ ਪਏ ਸਟੇਜ ਤੋਂ ਇੱਕ ਸਮੇਲ ਨਜ਼ਰ ਆਵੇ ਔਰ ਉਹ ਤਹਦ ਰੱਖੀ ਗਈ ਵੀ ਨੌਜਵਾਨ ਕਹਿਣ ਲੱਗ ਪਏ ਇਹ ਉਹ ਜਥੇਬੰਦੀਆਂ ਜਿਹੜੀਆਂ ਮਾਲਵੇ ਦੇ ਵਿੱਚ ਕੰਮ ਕਰ ਰਹੀਆਂ ਜਾਂ ਮਾਝੇ 'ਚ ਕੰਮ ਕਰ ਰਹੀਆਂ ਉਹ ਸਾਡੇ ਆ ਏਰੀਏ 'ਚ ਜਿੱਥੇ ਉਹਨਾਂ ਦਾ ਕਿਡਰ ਹੈ ਹੀ ਨਹੀਂ ਉਹ ਉੱਥੇ ਆ ਕੇ ਆਪਣੀਆਂ ਕਰੀ ਜਾਂਦੀਆਂ ਆ ਰੈਲੀਆਂ ਤੇ ਲੋਕ ਕਹਿੰਦੇ ਆ ਵੀ ਸਾਡੀਆਂ ਜਥੇਬੰਦੀਆਂ 'ਚ ਦਮ ਹੈ ਨਹੀਂ ਕਿ ਰੈਲੀ ਕਰਨ ਦਾ ਕਿਤੇ ਨਾ ਕਿਤੇ ਮਜਬੂਰੀ ਵਸ ਸਾਨੂੰ ਇੱਕ ਕਰਨੀ ਪਈ ਪਰ ਮੈਂ ਉਸ ਤੋਂ ਬਾਅਦ ਵੀ ਕਹਿ ਦਿੱਤਾ ਮੈਂ ਪਰਸੋ ਚੌਥ ਇੱਕ ਵਾਈਟ ਵੀ ਪਾਈ ਸੀ ਮੇਰੇ ਕਾ 17 ਤਰੀਕ ਨੂੰ ਕਿ ਅਸੀਂ ਕਿਸੇ ਵੀ ਮਹਾਪੰਚਾਇਤ 'ਚ ਨਹੀਂ ਜਾਵਾਂਗੇ ਔਰ ਸਾਡੀ ਜਥੇਬੰਦੀ ਇਹਦਾ ਵਿਰੋਧ ਕਰਦੀ ਆ ਵੀ ਜਿਹੜੀਆਂ ਪੰਜਾਬ ਦੀਆਂ ਮਹਾਪੰਚਾਇਤਾਂ ਉਹ ਟੋਟਲ ਬੰਦ ਹੋਣੀਆਂ ਚਾਹੀਦੀਆਂ ਜੀ ਸੋ ਇਹ ਸਨ ਸਾਡੇ ਨਾਲ ਮਨਜੀਤ ਸਿੰਘ ਰਾਏ ਜਿਨ੍ਹਾਂ ਨੇ ਦੱਸਿਆਗਾ ਅਦੋਲਨ ਕਿੱਥੇ ਜੇ ਖੜਾ ਤੇ ਕਿੰਨਾ ਕੁ ਪੈਸਾ ਮਨਜੀਤ ਸਿੰਘ ਰਾਏ ਨੇ ਇਕੱਠਾ ਕਰ ਲਿਆ ਸੋ ਇਸੇ ਤਰ੍ਹਾਂ ਤੁਹਾਨੂੰ ਹੋਰ ਵੀ ਕਿਸਾਨ ਆਗੂਆਂ ਦੇ ਨਾਲ ਮਲਾਵਾਂਗੇ ਜੁੜੇ ਰਹੋ ਸਰਖਾ ਪੀਵੀ ਦੇ ਨਾਲ ਮੈਨੂੰ ਦੇ ਫਿਲਹਾਲ ਦੇ ਲਈ ਆ ਗਿਆ ਹਰਜਿੰਦਰ ਸਿੰਘ ਢਿੱਲੋਂ ਨੂੰ ਧੰਨਵਾਦ